ਚਾਹ ਲੈ ਜਾਂਦੇ ਆ ਤੋ। ਹਲੋ ਬਾਪੂ ਜੀ ਚਾਹ ਲਿਆ ਭਾਈ। ਹਲੋ ਮੰਮੀ ਜੀ ਚਾਹ ਲਿਆ ਪੁੱਤਾ। ਮੰਮੀ ਜੀ ਸੁੱਖਾ ਉੱਠਿਆ ਕਿ ਨਹੀਂ ਹਲੇ ਤੱਕ? ਸੁੱਖਾ ਕਿੱਥੇ ਉੱਠਿਆ, ਰਾਤ ਦੇ 12 ਵਜੇ ਤੱਕ ਮੋਬਾਈਲ ਚਲਾਉਂਦਾ ਰਹਿੰਦਾ। ਜੇ ਮਹਾਰਾਜ ਦੀ ਨੀਂਦ ਪੂਰੀ ਹੋਊਗੀ ਤਾਂ ਫੇਰ ਹੀ ਉੱਠੂ। ਮੰਮੀ ਜੀ ਉਹਦਾ ਤਾਂ ਨਾ ਹੁਣ ਰੋਜ਼ ਦਾ ਕੰਮ ਹੋ ਗਿਆ ਹੈ, ਚਾਹ ਪਈ ਪੋਈ ਠੰਡੀ ਹੋ ਜਾਂਦੀ ਹੈ, ਉੱਠਦਾ ਹੀ ਨਹੀਂ ਹੈਗਾ। ਬਾਅਦ ਵਿੱਚ ਕਹੂਗਾ ਭਾਬੀ ਚਾਹ ਠੰਡੀ ਹੋ ਗਈ, ਦੁਬਾਰਾ ਤੋਂ ਗਰਮ ਕਰਕੇ ਲਿਆ ਦੇ। ਪੁੱਤ ਤਹੀਂ ਚੁਲਾਰ ਗਿਆ ਉਹਨੂੰ, ਉਹ ਅਜੇ ਨੂੰ ਚਾਹ ਨਹੀਂ ਛਿੱਤਰਾਂ ਦੀ ਲੋੜ ਆ। ਸਹੀ ਕਹਿੰਦਾ ਪੁੱਤ ਤੇਰਾ ਬਾਪੂ, ਉਹਨੂੰ ਚਾਹ ਨਾਲ ਨਹੀਂ ਉਹਨੂੰ ਛਿੱਤਰਾਂ ਨਾਲ ਠਾਇਆ ਕਰ। ਕੋਈ ਗੱਲ ਨਹੀਂ ਮੰਮੀ ਜੀ, ਹਲੇ ਇੱਕ ਵਾਰ ਨਾ ਕਰ ਲੈਂਦੋ ਮੋਜਾ ਉਹਨੂੰ, ਜਦੋਂ ਬਗਾਨੀ ਧੀ ਆ ਗਈ ਨਾ ਕਰੇ, ਫੇਰ ਦੇਖਿਓ ਫੇਰ ਪੁੱਛਿਓ ਉਹਨੂੰ ਵੀ ਕਿੰਨੇ ਵਜੇ ਉੱਠਦਾ ਕਿੰਨੇ ਵਜੇ ਨਹੀਂ। ਚਲੋ ਠੀਕ ਹੈ ਮੰਮੀ ਜੀ, ਮੈਂ ਇਹਨਾਂ ਨੂੰ ਜਾ ਕੇ ਚਾਹ ਦੇ ਆਵਾਂ। ਚੰਗਾ ਪੁੱਤ। ਦੇਖ ਲੈ ਸੁੱਖੇ ਦੇ ਬਾਪੂ ਕਿੰਨੀ ਚੰਗੀ ਬਹੂ ਮਿਲੀ ਹੈਗੀ, ਆਉਂਦੀ ਨੀ ਘਰ ਸੰਭਾਲ ਲਿਆ। ਮੈਨੂੰ ਤਾਂ ਕਹਿੰਦੀ ਮੰਮੀ ਜੀ ਤੁਸੀਂ ਕੋਈ ਕੰਮ ਨਹੀਂ ਕਰਨਾ, ਸਾਰਾ ਕੰਮ ਮੈਂ ਕਰੂੰਗੀ। ਉਹ ਸੁੱਖੇ ਦੀ ਮਾਂ ਘਰ ਕਰਾਣੇ ਦਿੱਤੀਆਂ ਭੈਣ ਦੀ ਅਹੀ ਨਿਸ਼ਾਨੀ ਹੁੰਦੀ ਆ। ਤੂੰ ਤਾਂ ਰੱਬ ਅੱਗੇ ਅਰਦਾਸ ਕਰਿਆ ਕਰ ਵੀ ਸਾਨੂੰ ਇੰਨੀ ਚੰਗੀ ਬਹੂ ਮਿਲੀ ਆ ਕਰਮ ਵਾਲੀਆਂ ਤੂੰ, ਤੂੰ ਆਈਆਂ ਹੀ ਨੂੰਹਾਂ ਤਾਂ ਲੋਕ ਤਰਸਦੇ ਨੇ। ਕੀ ਗੱਲਾਂ ਕਰੀ ਜਾਂਦੇ ਹੋ ਬੇਬੇ ਬਾਪੂ ਤੁਸੀਂ? ਬਸ ਭਾਈ ਗੱਲਾਂ ਕੀ ਕਰਦੇ ਨੇ ਬੇਬੇ। ਮੈਂ ਚੱਲੀ ਆ ਸੈਂਟਰ ਤੇ ਕੱਲ ਨੂੰ ਨਾ ਮੇਰਾ ਲਾਸਟ ਪੇਪਰ ਆ, ਸੁੱਖੇ ਨੂੰ ਕਹਿ ਦਈ ਵੀ ਮੈਨੂੰ ਟਾਈਮ ਸਿਰ ਛੱਡ ਆਊਗਾ। ਲੈ ਜੇ ਉਹ ਸੁੱਤਾ ਉੱਠੂ ਦਲਿੱਦਰ ਫੇਰ ਹੀ ਛੱਡ ਕੇ ਆਊ। ਉਹ ਪੁੱਤ ਉਹ ਜੇ ਆਪ ਟਾਈਮ ਨਾਲ ਉੱਠੂਗਾ ਤਾਂ ਤੈਨੂੰ ਟਾਈਮ ਨਾਲ ਛੱਡ ਕੇ ਆਊਗਾ, ਆਪ ਤਾਂ ਉੱਠਦਾ 10 ਵਜੇ। ਚੱਲ ਕੋਈ ਨਾ ਮੈਂ ਜੱਸੇ ਨੂੰ ਕਹਿ ਦੂੰਗਾ, ਉਹ ਛੱਡਿਆਊਗਾ ਤੈਨੂੰ। ਆਹੋ ਪੁੱਤ ਸਹੀ ਕਹਿੰਦਾ ਤੇਰਾ ਬਾਪੂ, ਜੱਸਾ ਛੱਡਿਆਊਗਾ ਤੈਨੂੰ, ਇਹਦੇ ਆਸਰੇ ਨਾ ਰਹੀ। ਬੇਬੇ ਮੈਨੂੰ ਤਾਂ ਬਸ ਛੱਡ ਕੇ ਆਉਣ ਤੱਕ ਮਤਲਬ ਆ, ਦੋਨਾਂ ਭਾਈਆਂ ਚੋਂ ਜਿਹੜਾ ਮਰਜ਼ੀ ਛੱਡਿਆ ਵੇ। ਵੈਸੇ ਬਾਪੂ ਇੱਕ ਸਕੀਮ ਮੈਂ ਦੱਸਾਂ ਇਹਨੂੰ ਚੱਲਦੀ ਠਾਉਣ ਦੀ, ਤੁਸੀਂ ਨਾ ਸੁੱਖੇ ਦਾ ਵਿਆਹ ਹੀ ਕਰ ਦਿਓ, ਜਦੋਂ ਆ ਗਈ ਨਾ ਵੋਟੀ ਫੇਰ ਦੇਖੀ, ਨਾਲੇ ਤਾਂ ਟਾਈਮ ਸਿਰ ਉੱਠਿਆ ਕਰੂ ਨਾਲੇ ਟਾਈਮ ਸਿਰ ਸੋਇਆ ਕਰੂ, ਭੰਬੀਰੀ ਬਣ ਕੇ ਅੱਗੇ ਪਿੱਛੇ ਰਿੜਦਾ ਫਿਰਿਆ ਕਰੂ ਇਹ ਤਾਂ। ਚੱਲ ਚੰਗਾ ਬੇਬੇ ਮੈਂ ਹੁਣ ਚੱਲਦੀ ਹਾਂ, ਮੇਰੀ ਕਿਤੇ ਬੱਸ ਨਾ ਲੰਘ ਜੇ। ਚੰਗਾ ਪੁੱਤ। ਚੰਗਾ ਬਾਪੂ ਬਾਏ। ਬਾਏ ਪੁੱਤ। ਆ ਦੇਖ ਲੈ ਸੁੱਖੀ ਦੀ ਮਾਂ ਕੁੜੀ ਨੂੰ ਕਿੰਨਾ ਫਿਕਰ ਆ ਪੜ੍ਹਾਈ ਦਾ, ਇੱਕ ਆ ਤੇਰਾ ਪੁੱਤ ਪਿਆ ਲਿਮੀਆਂ ਤੇ ਆਣੀ, ਇਹਨੂੰ ਕੋਈ ਚੜ੍ਹਦੀ ਛਿਪਦੀ ਤਾਂ ਨਹੀਂ ਹੈਗਾ। ਸਹੀ ਕਹਿੰਦੀ ਹੈ ਕੁੜੀ, ਵਿਆਹ ਕਰ ਦੇਣਾ ਇਹਦਾ, ਫੇਰ ਸੂਤ ਆਊਗਾ ਇਹ, ਫੇਰ ਦੇਖੀ ਜੇ ਨਾ ਮੁਰਗੇ ਦੀ ਬਾਂਗ ਨਾਲ ਉੱਠੇ ਮੈਨੂੰ ਕਹਿ ਦੀ। ਸੁੱਖੇ ਦੇ ਬਾਪੂ ਵਿਆਹ ਤਾਂ ਕਰਨਾ ਹੀ ਹੈ, ਅੱਜ ਨਹੀਂ ਤਾਂ 6 ਮਹੀਨੇ ਠਹਿਰ ਕੇ, ਪਰ ਮੈਂ ਐਂ ਕਹਿੰਦੀ ਸੀ ਤੁਸੀਂ ਬੂਟੇ ਨਾਲ ਗੱਲ ਕਰਕੇ ਆਓ। ਉਹ ਬੂਟੇ ਨਾਲ ਤਾਂ ਮੈਂ ਗੱਲ ਕਰ ਲਊਂਗਾ, ਮੈਂ ਤੈਨੂੰ ਗੱਲ ਇੱਕ ਹੋਰ ਕਹਿੰਦਾ ਸੀ ਵੀ ਕਿਉਂ ਨਾ ਆਪਾਂ ਜੇ ਸੁੱਖੇ ਦਾ ਹੋ ਵੀ ਗਿਆ ਰਿਸ਼ਤਾ ਆਪਾਂ ਚੁੰਨੀ ਚੜਾਵਾ ਕਰ ਲਾਂਗੇ। ਲੈ ਦੱਸ ਸੁੱਖੇ ਦੇ ਬਾਪੂ ਲੋਕ ਕੀ ਕਹਿਣਗੇ ਵੀ ਜੱਸੇ ਦੇ ਵਿਆਹ ਤਾਂ ਇੰਨਾ ਖਰਚਾ ਕੀਤਾ ਤੇ ਸੁੱਖੇ ਦੇ ਵਿਆਹ ਤਾਂ ਚੁੰਨੀ ਚੜਾਵਾ, ਤੇ ਮੇਰੀ ਗੱਲ ਸੁਣ ਲੋਕਾਂ ਨੇ ਵੀ ਤਾਂ ਬੀੜੀਆਂ ਦੇਣੀਆਂ ਹੀ ਆ। ਉਹ ਜੱਸੇ ਦੇ ਵਿਆਹ ਨੂੰ ਦੇ ਤਾਂ ਚੁੱਕੀਆਂ ਬੀੜੀਆਂ ਸਾਰਿਆਂ ਦੀਆਂ, ਹੁਣ ਕਿਸੇ ਪਿੱਛੇ ਲਾ ਕੇ ਆਪਣਾ ਝੁੱਗਾ ਥੋੜੀ ਚੌੜ ਕਰਾਉਣਾ, ਹੁਣ ਸੁੱਖੇ ਦਾ ਕਰਾਂਗੇ ਫਿਰ ਕਹਾ ਕੁੜੀ ਵਿਆਹਣ ਵਾਲੀ ਆ, ਇੰਨਾ ਪੈਸਾ ਕਿੱਥੋਂ ਆਊਗਾ। ਚੱਲ ਠੀਕ ਆ ਦੇਖਦੇ ਜਿਵੇਂ ਹੁੰਦਾ, ਮੈਂ ਜਾ ਕੇ ਆਵਾਂ ਮਾੜਾ ਜਿਹਾ। ਲੈ ਆਪਦੀ ਮਰਜ਼ੀ ਕਰਦੇ। ਲੈ ਇੱਕ ਤਾਂ ਰੀਲਾਂ ਵਾਲੇ ਦਿਮਾਗ ਖਾ ਰੱਖਿਆ, ਜਣਾ ਖਣਾ ਉੱਠ ਕੇ ਵਲੌਗਰ ਬਣ ਜਾਂਦਾ, ਜਣਾ ਖਣਾ ਉੱਠ ਕੇ ਯੂਟਿਊਬਰ ਬਣ ਜਾਂਦਾ, ਕਿਸੇ ਨੂੰ ਇਹਨਾਂ ਤੋਂ ਕੁੱਖੜ ਨਹੀਂ ਆਉਂਦਾ, ਹਰੇਕ ਫਿਲਮਾਂ ਬਣਾ ਬਣਾ ਪਈ ਜਾਂਦਾ। ਕੀ ਹੋ ਗਿਆ ਜੀ, ਕੀ ਦੇਖੀ ਜਾਂਦੇ ਫੋਨ 'ਚ? ਹੋਣਾ ਕੀ ਆ, ਰੀਲਾਂ ਵਾਲੇ ਭਾਬੀ ਨੇ ਮਾਰ ਰੱਖਿਆ, ਇੱਕ ਚੁੰਮੇ ਵਾਲੀ ਭਾਬੀ ਉੱਥੋਂ ਰੀਲਾਂ ਵਾਲੀ ਭਾਬੀ,
ਪਤਾ ਨਹੀਂ ਕਿੰਨੇ ਕੁ ਭਾਬੀਆਂ ਦੁਆਈ ਖੜਦੀਆਂ ਨੇ, ਰਹਿਦਾ ਹੁੰਦਾ ਉਤੋਂ ਲੋਕ ਕਮੈਂਟਾਂ ਵਾਲੇ, ਉਹ ਮਾਂ ਦੇ ਪੁੱਤ ਜਮੇ ਕਹਾਣੀ ਸਿਰੇ ਲਾ ਆਉਂਦੇ। ਚੱਲ ਚੰਗਾ ਚਾਹ ਪੀ ਲਓ ਤੁਸੀਂ ਹੁਣ। ਲੈ ਚਾਹ ਲਿਆ। ਉਹ ਪਾਲੀ ਤੂੰ ਕਿਵੇਂ ਅੱਜ ਸਵੇਰੇ ਸਵੇਰੇ ਖੁਸ਼ ਹੋਈ ਫਿਰਦੀ ਆ? ਸੁੱਖ ਹੈ? ਜੇ ਸੁੱਖ ਨਾ ਵੀ ਹੋਈ ਫਿਰ ਕੀ ਕਰ ਲਓਗੇ ਤੁਸੀਂ? ਜੇ ਸੁੱਖ ਨਾ ਵੀ ਹੋਈ ਨਾ ਫਿਰ ਆਪਾਂ ਸੁੱਖ ਨਾਲ ਕੁਛ ਵੀ ਕਰ ਲਾਂਗੇ। ਮੈਂ ਇੱਕ ਗੱਲ ਸੋਚ ਰਿਹਾ ਸੀ। ਦੱਸੋ। ਯਾਰ ਐਂ ਸੋਚਦਾ ਸੀ ਵੀ ਆਪਾਂ ਬੇਬੇ ਬਾਪੂ ਨੂੰ ਕਹਿੰਦੇ ਸੁੱਖੀ ਦਾ ਵਿਆਹ ਨਾ ਕਰਵਾ ਦੇਈਏ, ਨਾਲੇ ਤੈਨੂੰ ਇਕੱਲੀ ਨੂੰ ਕੰਮ ਕਰਨਾ ਔਖਾ। ਉਹ ਤਾਂ ਹੈਗਾ ਜੀ, ਮੈਂ ਕਰੀ ਸੀ ਮੰਮੀ ਜੀ ਉਹਨਾਂ ਨਾਲ ਗੱਲ, ਉਹ ਵੀ ਕਹਿੰਦੇ ਸੀ ਵੀ ਸੁੱਖੀ ਦਾ ਵਿਆਹ ਤਾਂ ਕਰਨਾ ਹੀ ਆ, ਚਾਹੇ ਹੁਣ ਕਰ ਲਈਏ ਚਾਹੇ 6 ਮਹੀਨੇ ਰੁਕ ਕੇ ਕਰ ਲਈਏ, ਨਾਲੇ ਹੁਣ ਤਾਂ ਰੁਜ ਦੀ ਪੜ੍ਹਾਈ ਵੀ ਪੂਰੀ ਹੋਣ ਵਾਲੀ ਆ, ਫਿਰ ਅੱਗੇ ਉਹਦੇ ਵਿਆਹ ਬਾਰੇ ਵੀ ਸੋਚਣਾ। ਇਹ ਵੀ ਤੇਰੀ ਗੱਲ ਠੀਕ ਆ, ਨਾਲੇ ਫਿਰ ਜੇ ਦੋਵੇਂ ਵਿਆਹ ਇਕੱਠੇ ਕਰਨਗੇ ਰੱਜੋ ਤੇ ਸੁੱਖੇ ਦਾ ਔਖਾ ਹੋ ਜੂ, ਹਾਲੇ ਤਾਂ ਆਪਣੇ ਵਿਆਹ ਦਾ ਕਰਜ਼ ਨਹੀਂ ਉਤਰਿਆ ਬਾਪੂ ਤੋਂ। ਯਾਰ ਮੈਨੂੰ ਨਹੀਂ ਲੱਗਦਾ ਮੈਨੂੰ ਕੋਈ ਕੁੜੀ ਪਸੰਦ ਆ, ਜਿਹਨੂੰ ਕੁਛ ਕਹਿੰਦੇ ਆ ਤਾਂ ਕੋਈ ਟਾਮ ਟੋਲੇ ਜੇ ਕਰੀ ਜਾਂਦਾ, ਸਾਰਾ ਦਿਨ ਫੋਨ ਤੇ ਲੱਗਿਆ ਰਹਿੰਦਾ, ਪਤਾ ਨਹੀਂ ਫੋਨ ਚੋਂ ਕੀ ਕੱਢਦਾ ਕੀ ਨਾ। ਸਹੀ ਕਹਿੰਦੇ ਹੋ ਜੀ ਤੁਸੀਂ, ਅੱਜ ਗੀਰੋ ਮਾਸੀ ਆ ਸਿੱਬੋ ਭੂਆ ਕਿੰਨੇ ਰਿਸ਼ਤੇ ਲੈ ਕੇ ਆ ਗਏ ਕੁੜੀਆਂ ਦੇ, ਇਹਦੀ ਤਾਂ ਕੋਈ ਕੁੜੀ ਨੱਕ ਤੇ ਨਹੀਂ ਚੜ੍ਹਦੀ ਹੈਗੀ। ਇਹ ਗੱਲ ਤਾਂ ਪਹਿਲੀ ਮੈਨੂੰ ਨਹੀਂ ਸਮਝ ਆਉਂਦੀ, ਮੈਂ ਇੱਕ ਤੁਹਾਨੂੰ ਪਿਆਰ ਨਾਲ ਪੁੱਛਿਆ ਵੀ ਸੀ, ਮੈਂ ਕਿਹਾ ਯਾਰ ਮੈਨੂੰ ਦੱਸ ਦੇ ਜੇ ਕੋਈ ਤੇਰੀ ਪਸੰਦ ਆ ਕੁੜੀ, ਫਿਰ ਕਹਿੰਦਾ ਨਾ ਵੀਰੇ ਮੇਰੇ ਤਾਂ ਕੋਈ ਪਸੰਦ ਨਹੀਂ। ਫਿਰ ਮੈਂ ਤੂੰ ਵਿਆਹ ਕਿਉਂ ਨਹੀਂ ਕਰਾਉਂਦਾ, ਤੂੰ ਹਾਂ ਕਿਉਂ ਨਹੀਂ ਕਰਦਾ? ਕਹਿੰਦਾ ਕਰਾ ਲੂੰਗਾ ਵੀਰੇ ਕਰਾ ਲੂੰਗਾ ਵੀਰੇ, ਬਸ ਆਹੀ ਜਵਾਬ ਹੁੰਦਾ, ਮੇਰੇ ਤਾਂ ਸਮਝ ਤੋਂ ਬਾਹਰ ਆ ਵੀ ਇਹ ਦਿਮਾਗ 'ਚ ਚੱਲ ਕੀ ਰਿਹਾ। ਯਾਰ ਜੇ ਇਹਦਾ ਵਿਆਹ ਹੋ ਜੇ ਨਾਲੇ ਥੋੜ੍ਹੀ ਮੋਟੀ ਤੂੰ ਸੌਖੀ ਹੋ ਜਾਏਗੀ, ਤੈਨੂੰ ਇਕੱਲੀ ਨੂੰ ਕੰਮ ਕਾਰ ਕਰਨਾ ਬਹੁਤ ਔਖਾ। ਉਹ ਤਾਂ ਹੈਗਾ ਜੀ, ਆਹ ਸਾਰੇ ਘਰ ਦਾ ਨਾ ਕੰਮ ਕਾਰ ਕਰਨਾ ਵੀ ਮੈਨੂੰ ਇਕੱਲੀ ਨੂੰ ਬਹੁਤ ਔਖਾ ਹੋ ਜਾਂਦਾ। ਆਹ ਦੀਦੀ ਜੀ ਤਾਂ ਸਵੇਰੇ ਵਗ ਜਾਂਦੇ ਨੇ ਕਾਲਜ ਨੂੰ, ਆਹ ਮੰਮੀ ਨੇ ਉਹਨਾਂ ਦਾ ਵੀ ਤੁਹਾਨੂੰ ਪਤਾ, ਆਹ ਕਦੇ ਕਿਸੇ ਦੇ ਜੰਮੇ ਤੇ ਵਗ ਗਏ ਕਦੇ ਕਿਸੇ ਦੇ ਮਰਗ ਤੇ ਵਗ ਗਏ, ਮੰਮੀ ਜੀ ਤਾਂ ਘਰੇ ਟਿੱਕੇ ਬਹਿੰਦੇ ਨਹੀਂ ਹੈਗੇ, ਆਹ ਸਾਰੇ ਘਰ ਨੂੰ ਨਾ ਮੈਂ ਇਕੱਲੀ ਸਾਂਭਦੀ ਹਾਂ ਵੀ ਮੈਨੂੰ ਬਹੁਤ ਔਖਾ ਹੁਣ ਸਾਰੇ ਘਰ ਦਾ ਕੰਮ ਕਾਰ ਕਰਨਾ। ਉਹ ਤਾਂ ਹੀ ਤਾਂ ਕਹਿਣਾ ਵੀ ਨਾਲੇ ਤਾਂ ਤੇਰਾ ਕੰਮ ਕਾਰ ਤੋਂ ਖੜਾ ਛੁੱਟ ਜਾਓ, ਨਾਲੇ ਆਹ ਕੰਜਰ ਕੋਈ ਕੰਮ ਕਾਰ ਲੱਗ ਜਾਓ ਜਿਹੜਾ ਸਾਰਾ ਦਿਨ ਪਿਆ ਮੋਬਾਈਲ ਚੁੰਗਲਾ ਮਰੀ ਜਾਂਦਾ। ਕੋਈ ਗੱਲ ਨਹੀਂ ਜੀ, ਮੇਰੀ ਦਰਾਣੀ ਆ ਜਾਂਦੋ ਫੇਰ ਦੇਖਿਓ, ਜਿਵੇਂ ਚਾਬੀ ਵਾਲਾ ਬੰਦ ਨਹੀਂ ਹੁੰਦਾ ਜਿਵੇਂ ਉਹ ਭੱਜਿਆ ਫਿਰਦਾ ਉਵੇਂ ਭੱਜਿਆ ਫਿਰੂਗਾ। ਇਹ ਤਾਂ ਪਾਲੀ ਇਹ ਤਾਂ ਤੂੰ ਸਹੀ ਕਹਿਣੀ ਆ, ਉਹ ਤੀਵੀਆਂ ਆ ਕੇ ਤਾਂ ਮੈਂ ਵੱਡੇ ਵੱਡੇ ਪਾਣੀ ਭਰਦੇ ਵੇਖੇ ਨੇ। ਅੱਛਾ ਜੀ, ਨਾ ਮੈਨੂੰ ਐਂ ਦੱਸੋ ਮੈਂ ਤੁਹਾਡੇ ਤੋਂ ਕਿੰਨਾ ਕੁ ਪਾਣੀ ਭਰਵਾ ਲਿਆ? ਉਹ ਮੈਂ ਤਾਂ ਸਵਾ ਇੱਕ ਹੀ ਗੱਲ ਕਰ ਰਿਹਾ ਸੀ, ਤੂੰ ਤਾਂ ਗੁੱਸਾ ਹੀ ਕਰ ਗਈ ਹੈ ਕਮਲੀ। ਚੱਲ ਚੰਗਾ ਐਂ ਕਰੋ ਖੜੇ ਹੋਵੋ ਮੈਂ ਚਾਦਰ ਵਿਛਾਣੀ ਆ। ਕਮਾਲ ਹੈ ਯਾਰ, ਉਹ ਬਾਹਰ ਬੈਠਾ ਸੀ ਕਹਿੰਦੇ ਅੰਦਰ ਵਗ ਜਾ, ਹੁਣ ਅੰਦਰ ਬੈਠਾ ਕਹਿੰਦੀ ਮੈਂ ਚਾਦਰ ਝਾੜਨੀ ਆ, ਉਹ ਕੁੱਟ ਚਾਹ ਪੀ ਲੈ ਕੇ ਇੱਥੇ ਛੱਡਦਾ। ਚੱਲ ਚੰਗਾ ਪੀ ਲਓ ਚਾਹ, ਐਂ ਕਰਦੀ ਆ ਆ ਚਾਹ ਵਾਲਾ ਡੱਬੂ ਮਾਂਜਿਆ ਵਾ, ਮੈਂ ਆ ਕੇ ਚਾਦਰ ਵਿਛਾਣੀ ਆ, ਆਵਾਜ਼ ਮਾਰ ਦਿਓ ਚਾਹ ਪੀ ਕੇ। ਜਾ ਮਾਂਜਿਆ, ਚਾਦਰ 'ਚ ਪਤਾ ਨਹੀਂ ਯਾਰ ਕਿਹੜੀਆਂ ਜੂਆਂ ਪਈਆਂ ਨੇ, ਜਿਹੜੀ ਘੰਟੇ ਘੰਟੇ ਬਾਅਦ ਝਾੜ ਕੇ ਵਿਛਾਉਂਦੀ ਰਹਿੰਦੀ ਹੈ, ਸਮਝ ਤੋਂ ਬਾਹਰ ਆ। ਹੋਰ ਬਾਈ ਬੁੱਟਾ ਸਿਆ ਕਿੱਧਰ ਹੱਕ ਲਿਆ ਘੋੜਾ? ਘੋੜਾ ਕਿੱਧਰ ਹੱਕਣਾ ਜੈਵਨ ਸਿਆ, ਕਹਿੰਦੇ ਹੁੰਦੇ ਆ ਆਹ ਮੁੱਲੇ ਦੀ ਦੌੜ ਮਸੀਤ ਤੱਕ, ਮੈਂ ਕਿੱਥੇ ਜਾਣਾ, ਚੱਕੀ ਤੇ ਪੀਣਾ ਸਿੱਟਿਆ ਹੋਇਆ ਸੀ, ਮੈਂ ਸੋਚਿਆ ਚੱਲ ਚੱਕ ਲਿਆ ਵਾਂ, ਨਾਲੇ ਭਿੰਦੀ ਦਾ ਸੁਨੇਹਾ ਆਇਆ ਸੀ ਵੀ ਉਹਨਾਂ ਦੀ ਕੁੜੀ ਮੁਟਿਆਰ ਹੈ ਚੱਕੀ ਵਾਲਿਆਂ ਦੀ। ਅੱਛਾ, ਮੈਂ ਉੱਥੇ ਨਾਲੇ ਆਪਦੀ ਵਿਚੋਲਗਿਰੀ ਘੋਟ ਆਵਾਂਗੇ,
ਤੂੰ ਦੱਸ ਆਪਦੀ ਰਾਮ ਕਹਾਣੀ। ਚੱਲ ਠੀਕ ਆ, ਤੂੰ ਜਾਇਆ, ਆਪਾਂ ਫਿਰ ਮਿਲਾਂਗੇ ਕਦੇ। ਜੈਮਲ ਸਿਆ, ਉਹ ਕਿਹੜਾ ਮੈਨੂੰ ਨੇੜੋ ਲੱਗਦੇ ਨੇ, ਤੂੰ ਦੱਸ ਵੀ ਕਿਵੇਂ ਆਉਣੇ ਹੋਏ। ਉਹ ਬਾਈ ਬੁੱਟੇ, ਮੈਂ ਤੇਰੇ ਨਾਲ ਕੋਈ ਸਲਾਹ ਮਸ਼ਵਰਾ ਕਰਨਾ ਹੈ। ਹਾਂ ਹਾਂ ਜੈਮਲ ਸਿਆ, ਦੱਸ ਕੀ ਗੱਲ ਹੈ। ਉਹ ਆਪਣੇ ਸੁੱਖੇ ਵਾਸਤੇ ਨਾ ਰਿਸ਼ਤਾ ਟੋਲ ਕੋਈ, ਬਸ ਟੱਬਰ ਹੋਵੇ ਮਾਤੜ ਜਾ। ਤੂੰ ਐਂ ਸਮਝ ਲਾ, ਆਪਾਂ ਚੁਣ ਚੜਾ ਵਿਆਹ ਕਰਨਾ, ਜ਼ਿਆਦਾ ਦਿਖਾਵਾ ਨਹੀਂ ਦਿਖਾਉਣਾ ਹੈਗਾ। ਕੀ ਕਿਹਾ? ਚੁਣ ਚੜਾਵਾ ਕਰਨਾ? ਕਿਉਂ ਭਾਈ ਜੈਮਲ ਸਿਆ, ਕੀ ਗੱਲ ਹੋ ਗਈ ਹੈ? ਨਾ ਵੱਡੇ ਮੁੰਡੇ ਦੇ ਵਿਆਹ 'ਤੇ ਜੱਸੇ ਦੇ 'ਤੇ ਤੁਸੀਂ ਕਿੰਨਾ ਖਰਚਾ ਕਰਿਆ, ਕਿੰਨਾ ਇਕੱਠ ਕਰਿਆ, ਹੁਣ ਕੀ ਹੋ ਗਿਆ, ਲੋਕ ਕੀ ਕਹਿਣਗੇ? ਉਹ ਲੋਕਾਂ ਦੀ ਤਾਂ ਛੱਡ, ਤੂੰ ਜੱਸੇ ਦੇ ਵਿਆਹ ਦੇ ਖਰਚੇ ਨੇ ਚੀਕਾਂ ਕਢਾਈਆਂ ਪਈਆਂ ਨੇ, ਹਜੇ ਤੱਕ ਕਰਜ਼ੇ ਨੇ ਉਤਰਿਆ। ਮੈਂ ਤਾਂ ਹੀ ਕਹਿੰਦਾ ਬਈ, ਕੋਈ ਸਾਦਾ ਜਿਹਾ ਟੱਬਰ ਹੋਵੇ, ਪਰ ਤੈਨੂੰ ਪਤਾ ਹੀ ਆ ਕੁੜੀ ਵੀ ਮੁਟਿਆਰ ਹੋ ਰਹੀ ਆ, ਉਹਨੂੰ ਵੀ ਤੋਰਨਾ, ਉਹਦੇ ਵਿਆਹ ਵਾਸਤੇ ਵੀ ਪੈਸੇ ਚਾਹੀਦੇ ਨੇ ਕੱਲ੍ਹ ਨੂੰ। ਮੈਂ ਤਾਂ ਹੀ ਕਹਿੰਦਾ ਤੂੰ ਬਸ ਰਿਸ਼ਤਾ ਹੈ ਟੋਲ ਵੀ ਆਪਣੇ ਵਰਗਾ, ਆਪਾਂ ਜਾਈਏ ਅਤੇ ਬਹੂ ਨੂੰ ਘਰਾਂ ਲਿਆਈਏ ਬਸ। ਜੈਮਲ ਸਿਆ, ਇਹਦੀ ਤੂੰ ਜਮਾਂ ਵੀ ਫਿਕਰ ਨਾ ਕਰ, ਤੈਨੂੰ ਪਤਾ ਮੇਰਾ ਕੰਮ ਤਾਂ ਮੇਲ ਪਿਛੋਲਗਰੀਆਂ ਦੀ ਹੈ, 24 ਘੰਟੇ ਕਦੇ ਉਸ ਪਿੰਡ 'ਚ ਕਦੇ ਉਸ ਪਿੰਡ 'ਚ, ਰਿਸ਼ਤਾ ਤਾਂ ਮੈਂ ਲੱਭ ਦੂੰਗਾ, ਬਾਕੀ ਤੈਨੂੰ ਪਤਾ ਹੈ ਵੀ ਮੇਰੀ ਫੀਸ ਕੀ ਹੈ। ਉਹ ਚੱਲ ਕੋਈ ਨਾ, ਆਉ ਨਾ ਤੂੰ ਫਿਕਰ ਕਰ, ਤੇਰਾ ਮਾਣ ਤਾਣ ਅਸੀਂ ਪੂਰਾ ਕਰਾਂਗੇ, ਬਸ ਤੂੰ ਰਿਸ਼ਤਾ ਹੈ ਟੋਲ ਵੀ ਨਾ ਆਉ ਖਰਚਾ ਕਰਨ ਨਾ ਸਾਤੋਂ ਕਰਾਉਣ। ਜੈਮਲ ਸਿਆ, ਰਿਸ਼ਤਾ ਤਾਂ ਮੈਂ ਲੱਭ ਦੂੰ, ਥੋੜ੍ਹੀ ਜਮ੍ਹਾਂ ਸੋਨੇ 'ਤੇ ਸਹਾਗੇ ਵਾਲੀ ਗੱਲ ਕਰ ਦੂੰ, ਬਸ ਤੈਨੂੰ ਪਤਾ ਹੈ ਅੱਜ ਜਦੋਂ ਬਾਹਰ ਅੰਦਰ ਜਾਂਦੇ ਹਾਂ ਨਾ, ਥੋੜ੍ਹਾ ਬਹੁਤਾ ਖਰਚ ਤਾਂ ਹੋ ਜਾਂਦਾ, ਜੇਬ ਹਲਕੀ ਹੁੰਦੀ ਆ। ਮੈਂ ਤੈਨੂੰ ਐਂ ਕਹਿੰਦਾ ਤੀਗਾ ਵੀ ਇਹ ਥੋੜ੍ਹੇ ਬਹੁਤੇ ਹੈਗੇ ਨੇ ਖਰਚੇ ਪਾਣੀ ਚੁੱਕ ਕੇ ਦੇ ਜਾਂਦਾ, ਫਿਰ ਮੈਂ ਅੱਗੇ ਤੁਹਾਡੇ ਕੰਮ 'ਤੇ ਲੱਗ ਜਾਂਦਾ। ਉਹ ਬੁੱਟੇ, ਤੈਨੂੰ ਪਤਾ ਹੀ ਆ ਲੈਣ ਦੇਣ ਦੀ ਭੁੱਖ ਤਾਂ ਆਪਾਂ ਨੂੰ ਹੈ ਜੀ ਬਾਈ, ਆ ਰਹੀ ਗੱਲ ਤੇਰੇ ਖਰਚੇ ਦੀ, ਮੈਂ ਹੁਣ ਘਰਾਂ ਜਾ ਕੇ ਜੱਸੇ ਨੂੰ ਕਹਿ ਦੇਣਾ ਉਹ ਪਾ ਦੂਗਾ ਤੈਨੂੰ, ਠੀਕ ਆ। ਗੁੱਸਾ ਨਾ ਕਰੀ ਜੈਮਲ ਸਿਆ, ਵੀ ਤੈਨੂੰ ਪੈਸੇ ਨੂੰ ਕਹਿਤਾ, ਤੈਨੂੰ ਪਤਾ ਆ ਇਹ ਕਿਹੜਾ ਪਾਣੀ 'ਤੇ ਚੱਲਦਾ, ਬਾਕੀ ਜਦੋਂ ਇੱਕ ਵਾਰ ਘਰੋਂ ਬਾਹਰ ਨਿਕਲ ਜੇ 1000 ਰੁਪਇਆ ਖਰਚ ਹੋ ਜਾਂਦਾ ਹੈਗਾ, ਨਾਲੇ ਜੱਸੇ ਨੂੰ ਕੀ ਕਹਿਣਾ, ਤੂੰ ਆ ਮੋਟਰਸਾਈਕਲ 'ਤੇ ਬੈਠਾ, ਮੈਂ ਉੱਧਰ ਹੀ ਜਾਣਾ, ਤੂੰ ਮੈਨੂੰ ਪੈਸੇ ਦੇ ਦੀ, ਬਸ ਫਿਰ ਮੈਂ ਲੱਗਾ ਕੰਮ 'ਤੇ। ਚੱਲ ਠੀਕ ਆ, ਆ ਜਾ ਚੱਲੀਏ। ਚੱਲ ਮੇਰਾ ਵੀਰ। ਬਾਕੀ ਜੈਮਲ ਸਿਆ, ਹਾਂ ਬਾਈ, ਤੂੰ ਕੁੜੀ ਦੇਖੀ? ਬਾਕੀ ਜੈਮਲ ਸਿਆ, ਹਾਂ ਬਾਈ, ਜਿਵੇਂ ਤੂੰ ਕਿਹਾ ਰਿਸ਼ਤਾ ਤੈਨੂੰ ਜਿਵੇਂ ਉਵੇਂ ਦੀ ਕਰਾਵਾਂਗੇ ਆਪਾਂ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਬਸ ਠੀਕ ਆ, ਪੰਜੇ ਨਹੀਂ ਲੱਗਣ ਦਿੰਦੇ ਆਪਾਂ ਤੁਹਾਡੀ, ਬਸ ਕੁੜੀ ਵੀ ਸਿੰਪਲ ਜਿਹੀ ਹੋਵੇ, ਬਸ ਤੂੰ ਮੇਰੀ ਸਾਂਭਦਾ ਕਰਦੀ ਗਿੱਲਾ। ਹਾਂ ਹਾਂ ਕੋਈ ਨਾ, ਚੱਲ ਪੁੱਤ ਜੱਸੀ ਆ ਕੀ ਕਰੀ ਜਾਂਦੀ ਹੈ? ਬਾਪੂ ਰੋਟੀ ਖਾਈ ਜਾਂਦੀ ਆ, ਹੋਰ ਮੈਂ ਕੀ ਕਰਨਾ। ਪੁੱਤਾਂ ਐ ਰੋਟੀ ਕੌਣ ਖਾਂਦਾ ਹੁੰਦਾ, ਕਿਉਂ ਕਮਲ ਛਾਣੀ ਜਾਂਦੀ ਹੈ, ਕੱਲ ਨੂੰ ਸਹੁਰੇ ਘਰੇ ਬਾਕੀ ਉੱਥੇ ਵੀ ਐਂ ਕਰੇਗੀ, ਨਾ ਤੇਰੇ ਸੱਸ ਸਹੁਰਾ ਕੀ ਕਹਿਣਗੇ ਵੀ ਕੁੜੀ ਤਾਂ ਸਿੱਧਰ ਹੀ ਹੈ। ਨਾ ਕੀ ਕਹਿਣਗੇ ਸੱਸ ਸਹੁਰਾ, ਕਹਿ ਕੇ ਤਾਂ ਦੇਖਣ, ਫਿਰ ਮੈਂ ਦੱਸੂ ਕਿੰਨੀ ਕੁ ਸਿੱਧਰੀ ਆ। ਉਹ ਜੱਸੀ ਪੁੱਤ, ਜੇ ਤੇਰੀ ਮਾਂ ਜਿਉਂਦੀ ਹੁੰਦੀ ਨਾ ਤੈਨੂੰ ਲੱਖ ਮੱਤਾਂ ਦਿੰਦੀ। ਪੁੱਤ ਮੈਂ ਤਾਂ ਜੋ ਹੋਇਆ ਤੈਨੂੰ ਚੰਗਾ ਮਾੜਾ ਦੱਸਦਾ, ਹੋਰ ਦੱਸ ਹੁਣ ਮੈਂ ਤੈਨੂੰ ਕੀ ਕਹਿ ਸਕਦਾ। ਬਾਪੂ ਤੂੰ ਕਿਉਂ ਆਪਦਾ ਦਿਲ ਹੌਲਾ ਕਰਦਾ ਆ, ਬੇਬੇ ਨੇ ਜਿੰਨਾ ਆਪਣਾ ਸਾਥ ਨਿਭਾਉਣਾ ਸੀ ਨਾ ਉਹ ਨਿਭਾ ਗਈ ਆ,
ਔਰ ਨਾਲੇ ਬਾਪੂ ਤੂੰ ਕਦੇ ਮੈਨੂੰ ਬੇਬੇ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ। ਤੂੰ ਮੇਰਾ ਬਾਪੂ ਹੀ ਨਹੀਂ, ਤੂੰ ਮੇਰੀ ਬੇਬੇ ਵੀ ਆ। ਉਹ ਪੁੱਤ ਜੱਸੀ, ਮੈਂ ਤੈਨੂੰ ਤਾਂ ਹੀ ਕਹਿਣਾ, ਕੋਈ ਖਾਣ ਪਹਿਨਣ ਦਾ ਢੰਗ ਸਿੱਖ ਲੈ। ਕੱਲ ਨੂੰ ਬਗਾਨੇ ਘਰ ਜਾਵੇਂਗੀ, ਤੇਰੇ ਸੱਸ ਸਹੁਰਾ ਮੈਨੂੰ ਇਹ ਨਾ ਕਹਿਣ ਵੀ ਕੁੜੀ ਨੂੰ ਕੁਛ ਸਿਖਾਇਆ ਨਹੀਂ। ਬਾਪੂ, ਜੇ ਮੇਰਾ ਵਿਆਹ ਹੋ ਗਿਆ ਫਿਰ ਤੂੰ ਕੀ ਕਰੇਗਾ? ਤੈਨੂੰ ਰੋਟੀ ਕੌਣ ਬਣਾ ਕੇ ਦਊ? ਤੇਰੇ ਕੱਪੜੇ ਕੌਣ ਧੋਊਗਾ? ਤੇ ਐਂ ਦੱਸ ਵੀ ਮੇਰੇ ਵਾਂਗੂ ਲਾਡ ਤੈਨੂੰ ਕੌਣ ਲੜਾਊ? ਦੱਸੀ। ਉਹ ਪੁੱਤ ਜੱਸੀ, ਤੂੰ ਮੇਰੀ ਫਿਕਰ ਨਾ ਕਰ, ਸਮਾਂ ਸਭ ਕੁਛ ਸਿਖਾ ਦਿੰਦਾ। ਚੱਲ ਛੱਡ ਪੁੱਤ, ਮੈਂ ਸ਼ਹਿਰ ਜਾਇਆ ਵਾਂ, ਤੂੰ ਗੇਟ ਲਾ ਲਈ। ਨਾਲੇ ਪੁੱਤ ਇੱਕ ਗੱਲ ਹੋਰ, ਜੇ ਕੋਈ ਗੇਟ ਖੜਕਾਉਂਦਾ ਨਾ, ਪਹਿਲਾਂ ਪੁੱਛ ਲਿਆ ਕਰ ਵੀ ਕੌਣ ਹੈ, ਫਿਰ ਗੇਟ ਖੋਲਿਆ ਕਰ, ਟਾਈਮ ਬਹੁਤ ਮਾੜਾ ਪੀਤੀ ਹੈ। ਮੈਨੂੰ ਪਤਾ ਬਾਪੂ, ਚੱਲ ਤੂੰ ਜਾ, ਮੈਨੂੰ ਤੇਰੀ ਸਾਰੀਆਂ ਗੱਲਾਂ ਯਾਦ ਨੇ ਕਿ ਗੇਟ ਲਾ ਲਈ, ਜੇ ਕੋਈ ਆਵੇ ਤਾਂ ਪੁੱਛ ਕੇ ਗੇਟ ਖੋਲੀ। ਤੇ ਬਾਪੂ ਮੇਰੀ ਗੱਲ ਸੁਣ, ਆਉਂਦਾ ਹੋਇਆ ਨਾ ਸ਼ਹਿਰੋਂ ਕੋਈ ਚੀਜ਼ ਲੈ ਕੇ ਆਈ ਖਾਣ ਨੂੰ। ਚੱਲ ਕੋਈ ਨਾ ਪੁੱਤ, ਲਿਆ ਦੂੰਗਾ ਮੈਂ, ਚੱਲ ਗੇਟ ਲਾ ਲੈ, ਮੈਂ ਚੱਲ। ਚੰਗਾ ਬਾਪੂ। ਘਰ ਤਾਂ ਇਸੇ ਬੀਚ ਸੀ, ਹਾਂ ਹੋ ਰਿਹਾ ਗੇਟ, ਉਹੀ ਹੈ। ਉਹ ਬੱਲੇ ਬੱਲੇ ਪਈ ਜਾਂਦਾ ਸਿਆ, ਕੀ ਹਾਲੇ ਵਾਲੇ ਨੇ? ਠੀਕ ਹੈ, ਘਰੇ ਖੈ ਸੁੱਕਾ ਸਾਰੀ? ਰਾਜੀ ਬਾਜੀ ਬੁੱਟਾ ਸਿਆ, ਤੂੰ ਦੱਸ ਕਿੱਧਰ ਮਾਰਿਆ ਗੇੜਾ? ਗੇੜਾ ਤਾਂ ਤੇਰੇ ਲਵੀ ਮਾਰੇ ਸੀ ਜਾਂਦੇ ਸਿਆ। ਚਲੋ ਬਈ ਅੰਦਰ ਬਹਿ ਕੇ ਗੱਲਬਾਤ ਕਰਦੇ ਆ। ਚੱਲ ਆ ਜਾ, ਚਲੋ ਚਲੋ ਸ਼ਹਿਰ ਤੱਕ ਚੱਲਿਆ ਤੀ, ਚੱਲ ਫਿਰ ਜਾ ਆਊਂਗਾ। ਜਲਾ ਸਿਆ, ਮੈਨੂੰ ਲੱਗਿਆ ਕਿਤੇ ਤੂੰ ਚੱਲਿਆ ਤੀ। ਓਏ ਹਾਂ, ਤੈਨੂੰ ਦੱਸਿਆ ਸ਼ਹਿਰ ਤੱਕ ਚੱਲਿਆ ਤੀ, ਆ ਘਰ ਦਾ ਨਿੱਕ ਸੁੱਕ ਜਾ ਮੁੱਕਿਆ ਪਿਆ, ਮੈਂ ਚੱਲ ਲੈ ਆਉਂਦੇ ਆ, ਅੱਜ ਵਿਹਲੇ ਤੀ ਗੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਹਾਲੋ ਪਾਣੀ ਹੋ ਠੀਕ ਆ ਜੱਸੀ? ਹਾਂਜੀ ਹਾਂਜੀ ਠੀਕ ਹੈ ਜੀ। ਚਲੋ ਭਾਈ ਠੀਕ ਹੈ, ਚਾਹੀਦੀ ਹੈ? ਹਾਂਜੀ, ਮੈਂ ਚਾਹ ਬਣਾ ਕੇ ਲੈ ਕੇ ਆਉਂਦੀ। ਨਾ ਨਾ ਕੁੜੀਏ, ਚਾਹ ਦੀ ਕੀ ਲੋੜ ਆ ਭਾਈ, ਪਾਣੀ ਪੀ ਲਿਆ ਇਹੀ ਬਹੁਤ ਹੈ। ਨਹੀਂ ਬਾਈ ਜੀ, ਫਿਰ ਕੀ ਹੋ ਗਿਆ, ਚਾਹ ਪੀ ਕੇ ਜਾਇਓ, ਮੈਂ ਚਾਹ ਲਿਆਉਂਦੀ। ਬਣਾ ਲਿਆ ਭਾਈ, ਫਿਰ ਪੀ ਲੈ। ਜਲਾ ਸਿਆ, ਕੁੜੀ ਤੇਰੀ ਬੜੀ ਸਿਆਣੀ ਆ ਭਾਈ, ਬੜੀ ਸਮਝਦਾਰ ਹੈ। ਉਹ ਇੰਨੀ ਕੁ ਉਮਰ 'ਚ ਕੋਈ ਜਵਾਕ ਸਮਝਦਾਰ ਹੁੰਦਾ ਨਹੀਂ, ਜਿੰਨੀ ਸਮਝਦਾਰ ਤੇਰੀ ਕੁੜੀ ਹੈ। ਜਲਾ ਸਿਆ, ਸੁੱਖ ਨਾਲ ਕੁੜੀ ਮੁਟਿਆਰ ਵੀ ਹੋਈ ਪਈ ਹੈ, ਕਿਤੇ ਰਿਸ਼ਤਾ ਰੁਸ਼ਤਾ ਦੇਖਿਆ ਜਾ ਨਾ, ਇਸ ਉਮਰ 'ਚ ਤਾਂ ਜਵਾਕ ਵਿਆਹਿਆ ਜਾਂਦਾ। ਉਹ ਬਾਈ ਬੂਟਾ ਸਿਆ, ਤੈਨੂੰ ਪਤਾ ਹੈ ਅੱਜ ਕੱਲ੍ਹ ਲੋਕ ਮੂੰਹ ਬਹੁਤ ਵੜਦੇ ਨੇ, ਤੂੰ ਮੇਰੇ ਬਾਰੇ ਤਾਂ ਜਾਣਦੀ ਹੈ, ਮੈਂ ਹੈਗਾ ਮਾਤਲ ਬੰਦਾ। ਮੈਂ ਤਾਂ ਐਂ ਸੋਚਦਾ ਕੋਈ ਆਪਦੇ ਵਰਗਾ ਪਰਿਵਾਰ ਮਿਲ ਜੇ ਜਿਹੜਾ ਕੋਈ 2 ਰੁਪਈਏ ਨਾ ਲਵਾਵੇ। ਜਲਾ ਸਿਆ, ਫਿਰ ਤਾਂ ਤੂੰ ਖੁਸ਼ੀਆਂ ਮਨਾ ਬਈ ਵੀ ਅੱਜ ਆਪਣਾ ਮੇਲ ਹੋ ਗਿਆ। ਪਤਾ ਕਿਉਂ? ਉਹ ਤੜਕੀ ਜਾ ਕੇ ਆਇਆ ਮੈਂ ਕਿਸੇ ਵੱਲ, ਬਹੁਤ ਚੰਗਾ ਪਰਿਵਾਰ ਹੈ, 2 ਮੁੰਡੇ ਨੇ ਬਈ, ਵੱਡਾ ਵਿਆਹਿਆ ਹੋਇਆ ਅਤੇ ਛੋਟਾ ਹਜੇ ਰਹਿੰਦਾ, ਸਾਰਿਆਂ ਨਾਲੋਂ ਛੋਟੀ ਕੁੜੀ ਆ, ਉਹ ਹਜੇ ਪੜ੍ਹਦੀ ਹੈ, 4 ਛੱਲੜ ਵੀ ਉਹਨਾਂ ਦੇ ਪੱਲੇ ਨੇ, ਜ਼ਮੀਨ 'ਤੇ ਵੀ 4 ਖੁੱਡ ਹੈਗੇ ਨੇ, ਜੇ ਤੂੰ ਕਹੇ ਗੱਲ ਤੋਰਾ ਉੱਧਰ। ਬੂਟਾ ਸਿਆ, ਜੇ ਆਹ ਕੰਮ ਕਰਦੇ ਮੈਂ ਤਾਂ ਤੇਰਾ ਸਾਰੀ ਉਮਰ ਗੁਣ ਮੰਨੂੰਗਾ, ਪਰਿਵਾਰ ਬਸ ਵਧੀਆ ਹੋਵੇ। ਤੂੰ ਜੈਲਾ ਸਿਆ, ਪਰਿਵਾਰ ਦੀ ਜਮ੍ਹਾਂ ਟੈਨਸ਼ਨ ਨਾ ਲੈ। ਬੱਲੇ ਬਾਈ ਗੁੱਡੀ ਬਣਾ ਵੀ ਲਈ ਹੈ? ਹਾਂਜੀ ਬਾਈ, ਮੈਂ ਤਾਂ ਇਹ ਕਹਿੰਦੀ ਸੀ ਕਿ ਪਹਿਲਾਂ ਤੁਸੀਂ ਚੱਜ ਨਾਲ ਨਾ ਪੁੱਛ ਪੜਤਾਲ ਕਰ ਲਿਓ, ਤੁਹਾਨੂੰ ਪਤਾ ਅੱਜ ਦੇ ਟਾਈਮ 'ਚ ਧੋਖੇ ਬਹੁਤ ਹੁੰਦੇ ਨੇ, ਕਿਤੇ ਸਾਡੇ ਨਾਲ ਕੋਈ ਧੋਖਾ ਨਾ ਹੋ ਜੇ। ਪਹਿਲਾਂ ਲੋਕ ਰਿਸ਼ਤਿਆਂ ਵਾਸਤੇ ਤਾਂ ਹਾਂ ਹੀ ਕਰਦੇ ਨੇ, ਚੰਗੇ ਹੁੰਦੇ ਨੇ,
ਫਿਰ ਬਾਅਦ ਵਿੱਚ ਪਤਾ ਲੱਗਦਾ ਉਹਦਾ ਅਸਲੀ ਰੂਪ। ਜਲਾ ਸਿਆ ਬਈ ਤੈਨੂੰ ਲੱਗਦਾ ਕੁੜੀ ਨੂੰ ਆਪਣੇ ਰਿਸ਼ਤੇਦਾਰੀਆਂ ਬਾਰੇ ਹਜੇ ਦੱਸਿਆ ਨਹੀਂ ਹੈਗਾ। ਜੱਸੀ ਜਿੱਥੇ ਤੇਰਾ ਵਿਆਹ ਕਰਾਊਂਗਾ ਨਾ ਤੂੰ ਤਾਂ ਸਾਰੀ ਉਮਰ ਮੈਨੂੰ ਅਸੀਸਾਂ ਦੇਵੇਂਗੀ ਵੀ ਬਾਪ ਉੱਠੇ ਬਈ ਤੈਂ ਤਾਂ ਮੈਨੂੰ ਸਵਰਗਾਂ 'ਚ ਲਿਆ ਕੇ ਖੜਾ ਕਰਤਾ। ਕਿਉਂ ਵੀ ਜਲਾ ਸਿਆ ਉਹ ਫੇਰ ਵੀ ਬੂਟਾ ਸਿਆ ਧੀ ਧਿਆਣੀ ਦਾ ਜਦੋਂ ਕਰਨਾ ਹੈ ਨਾ ਰਿਸ਼ਤਾ ਪੁੱਛ ਪੜਤਾਲ ਤਾਂ ਜ਼ਰੂਰੀ ਹੈ। ਮੇਰਾ ਵੀਰ ਚੰਗੀ ਤਰ੍ਹਾਂ ਪੁੱਛ ਪੜਤਾਲ ਕਰ ਲਈ ਕਹਿਣ ਵੇਲੇ ਕੋਈ ਗੱਲ ਹੋਰ ਹੁੰਦੀ ਹੈ ਪਿੱਛੋਂ ਕੋਈ ਉਹ ਗੱਲ ਹੋਰ ਨਿਕਲ ਆਉਂਦੀ ਹੈ। ਗੱਲ ਤਾਂ ਤੇਰੀ ਸਿਆਣੀ ਹੈ ਜਲਾ ਸਿਆ ਇੰਨਾ ਕੁ ਤਾਂ ਪੁੱਛਣਾ ਮਾਂ ਬਾਪ ਦਾ ਫਰਜ਼ ਬਣਦਾ ਹੈ ਪਰ ਤੂੰ ਜਮ੍ਹਾਂ ਟੈਨਸ਼ਨ ਨਾ ਲੈ ਉਹਨਾਂ 'ਚ ਤਾਂ ਬਸ ਇੱਕੋ ਮੰਗ ਹੈ ਵੀ ਕੁੜੀ ਘਰੇਲੂ ਹੋਣੀ ਚਾਹੀਦੀ ਹੈ ਹੋਰ ਸਾਨੂੰ ਕੁਛ ਨਹੀਂ ਚਾਹੀਦਾ ਵੀ ਅੱਜ ਤਾਂ 3 ਲੀੜੇ ਆਪਦੇ ਪਾ ਕੇ ਲਿਆਵਾਂਗੇ ਤੁਸੀਂ ਖਰਚੇ ਤੋਂ ਬਚ ਜਾਓਗੇ ਹੋਰ ਕੋਈ ਗੱਲ ਨਹੀਂ ਉਹ ਤਾਂ ਚੁੰਨੀ ਚੜਾਵਾ ਵੀ ਕਰਨ ਨੂੰ ਤਿਆਰ ਨੇ। ਉਹ ਬੂਟਾ ਸਿਆ ਜੇ ਆਹ ਗੱਲ ਹੈ ਨਾ ਜਿਵੇਂ ਤੂੰ ਦੱਸੀ ਜਾਂਦਾ ਫਿਰ ਮੈਂ ਕੀ ਕਹਿਣਾ ਤੂੰ ਕਰ ਲੈ ਮੁੰਡੇ ਵਾਲਿਆਂ ਨਾਲ ਗੱਲ ਕੋਈ ਚੱਕਰ ਨਹੀਂ। ਬਾਈ ਮੈਨੂੰ ਤਾਂ ਐਂ ਲੱਗੀ ਜਾਂਦਾ ਕਿਤੇ ਹੁਣ ਤੁਸੀਂ ਚੁੰਨੀ ਚੜਾਵਾ ਕਰ ਦਿਓ ਫਿਰ ਬਾਅਦ ਵਿੱਚ ਉਹ ਮੈਨੂੰ ਤੰਗ ਕਰੀ ਜਾਣ ਵੀ ਤੂੰ ਦਾਜ ਨਹੀਂ ਲੈ ਕੇ ਆਈ ਤੁਹਾਨੂੰ ਪਤਾ ਲੋਕਾਂ ਦਾ ਇਤਬਾਰ ਨਹੀਂ ਹੈਗਾ ਹੁਣ। ਉਹ ਭਾਈ ਤੁਹਾਨੂੰ ਜਮ੍ਹਾਂ ਵੀ ਘਬਰਾਉਣ ਦੀ ਲੋੜ ਨਹੀਂ ਜਿਵੇਂ ਮੈਂ ਕਿਹਾ ਨਾ ਸਾਰੀ ਗੱਲ ਉਵੇਂ ਪੱਕੀ ਹੈ ਬਾਕੀ ਜੇ ਤੁਹਾਡੇ ਮਨ 'ਚ ਬਈ ਕੋਈ ਡਰ ਹੈ ਤਾਂ ਇੱਕ ਵਾਰ ਆਪਾਂ ਅਗਲੇ ਨਾਲ ਬਹਿ ਕੇ ਗੱਲਬਾਤ ਕਰ ਲੈਂਦੇ ਹਾਂ। ਉਹ ਭਾਈ ਮੈਂ ਤਾਂ ਕਿਹਾ ਤੁਸੀਂ ਆਪਦੀ ਪੱਕੀ ਤਸੱਲੀ ਕਰੋ ਜੇ ਤੁਹਾਨੂੰ ਗੱਲ ਠੀਕ ਲੱਗੀ ਤਾਂ ਆਪਾਂ ਪੱਕ ਠੱਕ ਕਰ ਲਾਂਗੇ ਨਹੀਂ ਭਾਈ ਆਪਾਂ ਅਗਲੇ ਨੂੰ ਚਾਹ ਪਿਆ ਕੇ ਮੋੜ ਦਾਂਗੇ। ਉਹ ਬੂਟਾ ਸਿਆ ਮੈਨੂੰ ਤਾਂ ਮਰ ਜਾਣੀ ਨੇ ਤੇਰਾ ਦਿਮਾਗ ਚੱਟ ਜਾਣਾ ਗੱਲਾਂ ਕਰ ਕਰਕੇ ਤੂੰ ਐਂ ਕਰ ਮੁੰਡੇ ਵਾਲੇ ਨਾਲ ਗੱਲ ਤੋੜ ਲੈ ਦੇ ਦਕਾਈ ਦਾ ਦਿਨ ਰੱਖ ਲੈ ਕੋਈ ਬਾਕੀ ਮੈਂ ਵੀ ਆਪਣੇ ਤੌਰ 'ਤੇ ਪੜਤਾਲ ਕਰ ਲੂੰਗਾ ਨਾਲੇ ਬੂਟਿਆ ਤੂੰ ਆਪ ਸਿਆਣਾ ਕੁੜੀ ਨੇ ਕਿਹੜੇ ਇੱਕ ਅੱਧਾ ਦਿਨ ਕੱਟਣਾ ਅਤੇ ਸਾਰੀ ਉਮਰ ਕੱਟਣੀ ਪਤਾ ਤਾਂ ਕਰਨੀ ਬਣਦਾ। ਆਹ ਤਾਂ ਤੇਰੀ ਗੱਲ ਸਹੀ ਹੈ ਜੈਲਾ ਸਿਆ ਚਲੋ ਕੋਈ ਨਾ ਬਾਕੀ ਮੈਂ ਮੁੰਡਿਆਂ ਨਾਲ ਸਾਰੀ ਗੱਲਬਾਤ ਕਰਦਾ ਜਿਵੇਂ ਉਹ ਕਹਿਣਗੇ ਆਪਾਂ ਦਿਨ ਰੱਖ ਲਾਂਗੇ ਫਿਰ ਪ੍ਰੋਗਰਾਮ ਕਰ ਦਾਂਗੇ ਬਾਈ। ਬਾਈ ਮੈਂ ਤਾਂ ਐਂ ਕਹਿੰਦੀ ਸੀ ਰੋਟੀ ਖਾ ਕੇ ਜਾਏ ਮੈਂ ਰੋਟੀ ਬਣਾਉਂਗੀ। ਨਾ ਨਾ ਬਾਈ ਅੱਜ ਤਾਂ ਪਹਿਲਾਂ ਵਾਲੀ ਨਹੀਂ ਥੱਲੇ ਹੋਈ ਆਹ ਉੱਤੋਂ ਤਾਂ ਚਾਹ ਪਿਆਤੀ। ਚਲੋ ਚੰਗਾ ਜੈਲਾ ਸਿਆ ਜੀ ਹੁਣ ਮੈਂ ਚੱਲਦਾ ਬਾਕੀ ਉਹਨਾਂ ਦੇ ਘਰੇ ਵੀ ਜਾ ਕੇ ਗੱਲਬਾਤ ਕਰਦਾ ਮੈਂ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਰੱਖੀਂਗਾ ਔਰ ਫਿਰ। ਹਾਂ ਹਾਂ ਬਾਪੂ ਮੈਂ ਤੁਹਾਨੂੰ ਐਂ ਕਹਿੰਦੀ ਹਾਂ ਵੀ ਤੁਸੀਂ ਇੱਕ ਵਾਰੀ ਚੰਗੀ ਤਰ੍ਹਾਂ ਪੁੱਛ ਪੜਤਾਲ ਕਰ ਲਿਓ ਕਿਤੇ ਕੱਲ੍ਹ ਨੂੰ ਆਪਾਂ ਨੂੰ ਪਛਤਾਉਣਾ ਪੈ ਜਾਵੇ। ਤੂੰ ਫਿਕਰ ਨਾ ਕਰਤੀ ਏ ਤੂੰ ਕੋਈ ਡੰਗਰ ਪਸ਼ੂ ਨਹੀਂ ਹੈਗਾ ਅੱਖਾਂ ਮੀਚ ਕੇ ਮੈਂ ਜਿਹਦੇ ਮਰਜ਼ੀ ਹੱਥ ਤੇਰਾ ਸੰਗਲ ਫੜਾ ਦਾ ਮੈਂ ਪੂਰੀ ਪੁੱਛ ਪੜਤਾਲ ਕਰੂੰਗਾ। ਚੱਲ ਛੱਡ ਪੁੱਤ ਇਹਨਾਂ ਗੱਲਾਂ ਨੂੰ ਮੈਂ ਸ਼ਹਿਰ ਜਾਇਆ ਵਾਂ ਬੂਟਾ ਸਿੰਘ ਨੇ ਪਹਿਲੀ ਟਾਈਮ ਲਵਾ ਤਾ ਆਹ ਕੁੰਡੀ ਲਾ ਲਈ ਗੇਟ ਦੀ। ਚੰਗਾ ਬਾਪ ਲਿਆ ਮੈਂ ਲਾਮ ਰੋਟੀ ਤਾਂ ਖਾ ਲਈ ਆਹ ਪਤਾ ਨਹੀਂ ਹੁਣ ਦਲਿੱਦਰ ਜਿਹਾ ਉੱਠਿਆ ਕਿ ਨਹੀਂ ਉੱਠਿਆ। ਸੁੱਖੇ ਵੀਰੇ ਆਓ ਸੁੱਖੇ ਵੀਰੇ ਬਾਹਰ ਨਿਕਲਿਆ ਮੇਰੀ ਗੱਲ ਸੁਣ ਲੈ। ਹਾਂ ਦੱਸ ਕੀ ਕਹਿੰਦੀ ਆ। ਪਹਿਲੀ ਗੱਲ ਤਾਂ ਬਹੁਤ ਬਹੁਤ ਵਧਾਈਆਂ ਜਿਹੜਾ ਤੂੰ ਟਾਈਮ ਸਿਰ ਉੱਠ ਖੜਿਆ ਅੱਜ ਐਂ ਕਰ ਮੈਨੂੰ ਨਾ ਸੈਂਟਰ ਛੱਡਿਆ ਮੇਰਾ ਪੇਪਰ ਹੈ ਅੱਜ। ਜੱਸੇ ਵੀਰੇ ਨੂੰ ਕਹਿ ਦੇ ਮੈਨੂੰ ਅੱਜ ਜ਼ਰੂਰੀ ਕੰਮ ਆ। ਨਾ ਮੇਰੀ ਗੱਲ ਸੁਣੀ ਕਿਹੜਾ ਤੈਨੂੰ ਇੰਨਾ ਜ਼ਰੂਰੀ ਕੰਮ ਹੈ 10-10 ਵਜੇ ਤੱਕ ਤੂੰ ਸੁੱਤਾ ਪਿਆ ਨਹੀਂ ਉੱਠਦਾ ਅੱਜ ਤੂੰ ਮਸਾ ਟਾਈਮ ਸਿਰ ਉੱਠਿਆ ਮਿੰਟ ਜ਼ਰੂਰੀ ਕੰਮ ਮੈਨੂੰ ਨਹੀਂ ਪਤਾ ਬਾਈ ਨੂੰ ਲੈ ਜਾ। ਕੋਈ ਨਹੀਂ ਫਿਰ ਆਪਦੇ ਵਾਰੀ ਕੋਈ ਕੰਮ ਕਹਿ ਕੇ ਦਿਖਾਈ ਕਰੂ ਮੈਂ ਤੇਰਾ ਕੰਮ ਸਿੰਗਲ ਜਿਹਾ ਤਾਂ ਹੋਵੇ ਨਾ ਕਰਦਾ ਕੀ ਆ। ਮੈਂ ਤੇਰੇ ਕੰਮ ਤੇ ਮਾਰੂੰਗਾ ਸਿੰਗਲ ਜਿਹਾ ਕਹਿੰਦੀ। ਨਾ ਤੂੰ ਮੇਰੇ ਮਾਰਿਆ ਕੀ ਗੱਲ ਹੁਣ ਮਾਰ ਕੇ ਦਿਖਾ ਫਿਰ ਮਾਰ ਹੁਣ। ਓਹੋ ਕੀ ਗੱਲ ਹੋ ਗਈ ਕਿਉਂ ਲੜੀ ਜਾਂਦੇ ਤੁਸੀਂ ਦੋਵੇਂ। ਆ ਦੇਖ ਲੈ ਭਾਬੀ ਮੈਂ ਕਿਹਾ ਮੇਰਾ ਪੇਪਰ ਆ ਮੈਨੂੰ ਸੈਂਟਰ ਛੱਡਿਆ
ਅੱਗੋਂ ਹੋਰ ਹੀ ਫਰਮੈਸ਼ ਪਾਤੀ, ਕਹਿੰਦਾ ਜੱਸੇ ਵੀਰੇ ਨੂੰ ਕਹਿ ਦੇ ਉਹ ਛੱਡ ਕੇ, ਉਹ ਤੂੰ ਕਿ ਮੋਦੀ ਦਾ ਪੀਏ ਲੱਗਿਆ। ਉਹ ਚੱਲ ਕੋਈ ਨੀ, ਤੈਨੂੰ ਤੇਰਾ ਬਾਈ ਵੱਡਾ ਛੱਡਿਆ ਆਊਗਾ, ਇਹਨੇ ਜਾਣਾ ਉਹ ਕਿਸੇ ਸਹੇਲੀ ਨੂੰ ਮਿਲਣ, ਜਾਣ ਦੇ ਇਹਨੂੰ। ਉਹ ਭਾਬੀ ਤੂੰ ਵੀ, ਮੇਰੀ ਕਿਹੜੀ ਸਹੇਲੀ ਆ? ਨਾ ਮੈਨੂੰ ਐਂ ਦੱਸ ਨਾ, ਇਸ ਉਮਰੇ ਹੋਰ ਮੁੰਡੇ ਨੇ ਕਿੱਥੇ ਜਾਣਾ ਹੁੰਦਾ, ਕੀ ਜ਼ਰੂਰੀ ਕੰਮ ਹੁੰਦਾ ਉਹਨਾਂ ਨੂੰ? ਉਹ ਭਾਬੀ ਹੋਰ ਵੀ ਕੰਮ ਹੁੰਦੇ ਨੇ। ਕੋਈ ਗੱਲ ਨੀ, ਆ ਬੇਬੇ ਬਾਪੂ ਨੂੰ ਕਹਿ ਕੇ ਨਾ ਛੇਤੀ ਤੇਰੇ ਪੈਰਾਂ 'ਚ ਬੇੜੀਆਂ ਪਾਉਣ ਨਹੀਂ ਆ ਵਿਆਹ ਲਿਆ, ਫੇਰ ਤੇਰੇ ਅਕਲ ਆਊਗੀ ਟਿਕਾਣੇ। ਲੋਟ ਹੀ ਤੂੰ ਫੇਰ ਆਉਣਾ, ਜ਼ਿਆਦਾ ਹੀ ਕੁਛ ਹਵਾ ਚ ਉੱਡਿਆ ਫਿਰਦਾਂਗਾ। ਉਹ ਭਾਬੀ ਆ ਜੋੜੇ ਹੱਥ, ਮੈਂ ਨੀ ਕਰਾਉਣਾ ਵਿਆਹ ਭੂ, ਮੈਂ ਤਾਂ ਜੱਸੇ ਬਾਈ ਦਾ ਹਾਲ ਦੇਖ ਕੇ ਪਹਿਲੀ ਡਰਿਆ ਪਰਤਾਂ, ਵਾਹ ਲੱਗੇ ਮੇਰੇ ਕੰਨਾਂ ਨੂੰ ਹੱਥ। ਉਹ ਵੱਡਿਆ ਰਾਂਝਿਆ, ਇਹੋ ਜਿਹਾ ਮੇਰਾ ਕੀ ਹਾਲ ਦੇਖ ਰਿਹਾ ਤੂੰ? ਨਾ ਕਿਤੇ ਤੂੰ ਮੈਨੂੰ ਭਾਂਡੇ ਮਾਂਜਣ ਦੇਖ ਲਿਆ, ਜਾਂ ਮੈਨੂੰ ਕੱਪੜੇ ਧੋਣ ਦੇਖ ਲਿਆ, ਜਿਹੜਾ ਤੂੰ ਕਹਿੰਦਾ ਵੀਰੇ ਦਾ ਹਾਲ ਦੇਖ ਲਿਆ। ਉਹ ਜਿੰਨਾ ਸੁੱਖ ਵਿਆਹ ਕਰਵਾ ਕੇ ਨਾ, ਉਹਨਾਂ ਕਿਤੇ ਨੀ ਮਿਲਦਾ। ਕੋਈ ਗੱਲ ਨੀ ਪੁੱਤ, ਤੇਰਾ ਵੀ ਨੰਬਰ ਲੱਗ ਹੀ ਲੈ, ਕਰਦੇ ਸੀ ਬੇਬੇ ਬਾਪੂ ਗੱਲਾਂ, ਮੜਦੇ ਤੇਰਾ ਵੀ ਮੁੜਾ। ਮੜ ਦੋ ਵੀਰੇ, ਇਹਨੂੰ ਤਾਂ ਟਾਈਮ ਸਿਰ ਹੀ ਮੜ ਦੋ, ਕੁਛ ਜ਼ਿਆਦਾ ਹੀ ਹਵਾ ਚੁੱਟਿਆ ਫਿਰਦਾ। ਲੋਕਾਂ ਵਾਸਤੇ ਨਾ ਧੀਆਂ ਪਾਪਾ ਦੀਆਂ ਪਰੀਆਂ ਹੁੰਦੀਆਂ, ਇਹ ਪਾਪਾ ਦਾ ਪਰਾ ਬਣਿਆ ਫਿਰਦਾ ਗਾ। ਮਾੜਾ ਜਿਹਾ ਕੰਮ ਕਹਿ ਦੀਏ ਉਹਦੇ ਹੱਟ ਦੇ ਜਵਾਬ ਦੇ ਦਿੰਦਾ, ਮੈਨੂੰ ਜ਼ਰੂਰੀ ਕੰਮ, ਜ਼ਰੂਰੀ ਕੰਮ, ਪਤਾ ਨਹੀਂ ਇਹਦਾ ਕਿਹੜਾ ਰੋਜ਼ ਹੀ ਅੜਿਆ ਰਹਿੰਦਾ। ਜਿਹੜਾ ਤੈਨੂੰ ਤਾਂ ਪਤਾ ਹੀ ਨਹੀਂ ਵੀਰੇ, ਆਪਣੇ ਨਿਕੜੇ ਦੀ ਨਾ ਕੁਛ ਜ਼ਿਆਦਾ ਹੀ ਹਵਾ ਖਰਾਬ ਹੋ ਰਹੀ ਹੈ। ਤੂੰ ਦੇਖੀ ਚੱਲ ਰੱਜੋ, ਆ ਜਾਣ ਦੇ ਬਗਾਨੀ ਧੀ ਨੂੰ, ਹਵਾ ਹਵਾ ਤਾਂ ਵੀ ਆਪੇ ਨਿਕਲ ਜੂ। ਉਹ ਬਸ ਕਰੋ, ਉਹ ਕਿਉਂ ਡਰਾਈ ਜਾਂਦੇ ਹੋ ਮੇਰੇ ਲਾਡਲੇ ਦਿਓਰ ਨੂੰ, ਕਿਤੇ ਨੀ ਨਿਕਲਦੀ ਇਹਦੀ ਹਵਾ। ਤੂੰ ਟੈਨਸ਼ਨ ਨਾ ਲੈ, ਇਹ ਤਾਂ ਉਹੀ ਬੋਲੀ ਜਾਂਦੇ ਨੇ, ਮੈਂ ਤੇਰੇ ਵਾਸਤੇ ਲੱਭਦੀ ਹੈ ਕੁੜੀ। ਉਹ ਇਹਨੂੰ ਡਰਾਉਂਦਾ ਨੀ, ਮੈਂ ਤਾਂ ਇਹਨੂੰ ਤਕੜਾ ਕਰ ਰਿਹਾ। ਨਾਲੇ ਭਾਬੀ ਤੂੰ ਹਵਾ ਦੀ ਗੱਲ ਕਰਦੀ ਆ, ਜਿਵੇਂ ਪੈਰਾਸ਼ੂਟ ਹਵਾ ਚੁੱਟਦਾ ਦੇਖਿਆ ਨਾ, ਜਦੋਂ ਉਹਦੀ ਗੈਸ ਨਿਕਲਦੀ ਥੱਲੇ ਆ ਕੇ ਵੱਜਦਾ ਦਾੜ ਦੇਣੇ। ਜਿੱਦਾਂ ਦਾ ਹੋ ਗਿਆ ਨਾ ਵਿਆਹ, ਨਾ ਇਹ ਗੋਡੇ ਪਰਨੇ ਆਏ ਫਰਸ਼ ਤੇ ਲਿਟਿਆ ਤਾਂ ਮੇਰਾ ਨਾਮ ਮਿਟਾ ਦੇ। ਹੁਣ ਇਹ ਦੱਸ ਦੇ, ਚੱਲੇਗਾ ਮੇਰੇ ਨਾਲ, ਛੱਡ ਕੇ ਆਏਗਾ? ਉਹ ਮੈਂ ਤੈਨੂੰ ਕਹਿ ਦਿੱਤਾ ਮੈਨੂੰ ਕੰਮ ਆ, ਬਾਈ ਨੂੰ ਲੈ ਜਾ। ਔਰ ਅੱਜ ਉਹ ਕਿੱਥੇ ਦੇ ਮੂੰਹ ਲੱਗਦੀ ਆ, ਇਹਨੇ ਕਿੱਥੇ ਜਾਣਾ, ਕਿੱਥੇ ਜਾਣ ਜੋ ਕਹੇ, ਤੂੰ ਇਹਦਾ ਖੜਾ ਛੱਡ, ਚੱਲ ਮੈਂ ਛੱਡ ਕੇ ਆਉਂਦਾ। ਸਹੀ ਗੱਲ ਆ ਬਾਈ, ਜੇ ਤੂੰ ਨਾ ਹੁੰਦਾ ਇਹਦੇ ਸਿਰ ਤੇ ਹੁੰਦੀ, ਮੈਂ ਤਾਂ ਕਰ ਲਈਆਂ ਸੀ ਡਿਗਰੀਆਂ। ਹੋ ਗਈ ਤੇਰੀ ਤਾਂ ਬੀਏ, ਤੂੰ ਕਰ ਲੈ ਜ਼ਰੂਰੀ ਕੰਮ, ਆ ਜਾ ਬਾਈ। ਚੱਲ ਭਾਬੀ ਚਾਹ ਬਣਾ ਦੇ ਘੁੱਟ ਮੈਨੂੰ। ਬਣਾ ਲੈਣੀ, ਨਾਲੇ ਮੇਰੀ ਗੱਲ ਸੁਣ, ਬਾਲਾ ਇਹਨਾਂ ਦੀ ਗੱਲਾਂ ਤੇ ਗੌਰ ਨਾ ਕਰਿਆ ਕਰ, ਠੀਕ ਹੈ? ਟੈਨਸ਼ਨ ਨਾ ਲੈ, ਤੇਰੇ ਵਾਸਤੇ ਤਾਂ ਮੈਂ ਕੁੜੀ ਲੱਭ ਕੇ ਲੈ ਕੇ ਆਉਂਗੀ ਉਹਦੇ ਪੇਕਿਓ, ਠੀਕ ਹੈ? ਠੀਕ ਹੈ ਭਾਬੀ, ਚਾਹ ਬਣਾ ਘੁੱਟ। ਵਿਆਹ ਤਾਂ ਸਮਝ ਲਾ ਹੋਇਆ ਲੈ ਕੇ ਆਉਣ ਸਿਆ, ਜਿਵੇਂ ਦਾ ਤੁਸੀਂ ਕਿਹਾ ਸੀ ਉਵੇਂ ਦਾ ਰਿਸ਼ਤਾ ਲੱਭਿਆ, ਕੁੜੀ ਵਾਲਿਆਂ ਨਾਲ ਗੱਲਬਾਤ ਹੋ ਗਈ ਮੇਰੀ, ਹੁਣ ਤੁਸੀਂ ਦੱਸੋ ਵੀ ਦੇਖ ਦਿਖਾਈ ਕਦੋਂ ਕਰਨੀ ਹੈ? ਉਹ ਬਾਈ ਬੁੱਟੇ, ਉਹ ਦੇਖ ਦਿਖਾਈ ਤਾਂ ਕਰ ਲਾਂਗੇ, ਉਹ ਪਹਿਲਾਂ ਸਾਨੂੰ ਕੁੜੀ ਵਾਲਿਆਂ ਬਾਰੇ ਤਾਂ ਦੱਸ। ਹਾਂ ਭਾਈ, ਕੀ ਜਾਪਦੇ ਨੇ, ਕੀ ਖਾਨਦਾਨ ਹੈ, ਕੀ ਕਰਦੇ ਨੇ, ਫਿਰ ਹੀ ਅਸੀਂ ਅੱਗੇ ਗੱਲ ਤੋਰਾਂਗੇ। ਉਹ ਮੈਂ ਸਾਰੀ ਗੱਲ ਪੱਕੀ ਕਰਕੇ ਆਇਆ, ਜਾਤ ਬਰਾਦਰੀ ਤਾਂ ਜੀ ਆਪਣੇ ਨਾਲ ਦੀ ਹੈ, ਕੋਈ ਬਹੁਤੀ ਆਕੜ ਵਾਲਾ ਪਰਿਵਾਰ ਨਹੀਂ, ਸਿੱਧੇ ਸਾਦੇ ਜਿਹੇ ਬੰਦੇ ਨੇ, ਜਿਵੇਂ ਤੁਸੀਂ ਕਹੋਗੇ ਉਵੇਂ ਕਰ ਦੇਣਗੇ। ਮੈਂ ਤਾਂ ਤੁਹਾਨੂੰ ਕਹਿਣਾ ਬਹੁਤਾ ਟਾਈਮ ਨਾ ਗਵਾਓ, ਚੁੰਨੀ ਚੜਾਵਾ ਕਰਕੇ ਆਪਾਂ ਲੈ ਆਉਂਦੇ ਹਾਂ, ਨਾਲੇ ਤੁਹਾਡਾ 20-50 ਹਜ਼ਾਰ 'ਚ ਸਰ ਜੂਗਾ। ਉਹ ਗੱਲ ਤਾਂ ਤੇਰੀ ਠੀਕ ਆ ਭਾਈ ਬੁੱਟੇ ਸਿਆਂ, ਆਪਾਂ ਨੇ ਬਾਹਲੇ ਪੈਸੇ ਲਾਉਣੇ ਵੀ ਨਹੀਂ ਹੈਗੇ, ਪਹਿਲੀ ਬਥੇਰਾ ਕਰਜ਼ਾ ਚੜਿਆ ਪਿਆ ਜੱਸੇ ਦੇ ਵਿਆਹ ਦਾ, ਉਹੀ ਨਹੀਂ ਉਤਰਿਆ ਜੇ ਤਾਂ। ਉਹ ਵੀ ਉਤਰ ਜੂਗਾ ਹੌਲੀ ਹੌਲੀ ਕਰਜ਼ਾ, ਪਹਿਲਾਂ ਸੁੱਖੇ ਦੇ ਵਿਆਹ ਦੀ ਗੱਲ ਛੇੜੋ। ਦੇਖ ਭਾਈ ਬੁੱਟੇ ਸਿਆਂ, ਅਸੀਂ ਪਹਿਲਾਂ ਕੁੜੀ ਦੇਖਾਂਗੇ, ਨਾਲ ਅਸੀਂ ਸੁੱਖੇ ਨੂੰ ਲੈ ਕੇ ਜਾਵਾਂਗੇ, ਜੇ ਸਾਡੇ ਕੁੜੀ ਪਸੰਦ ਆ ਗਈ ਫਿਰ ਅਸੀਂ ਚੁੰਨੀ ਚੜਾਵਾ ਕਰਾਂਗੇ, ਤੁਸੀਂ ਕੀ ਕਹਿੰਦੇ ਹੋ ਜੀ? ਹਾਂ ਠੀਕ ਆ ਬਸ, ਚਲੋ ਫਿਰ ਠੀਕ ਆ ਜੀ, ਮੈਂ ਕੁੜੀ ਵਾਲੇ ਨਾਲ ਗੱਲ ਕਰ ਆਉਣਾਗਾ, ਫਿਰ ਮੈਂ ਸਾਰਾ ਕੁਛ ਤੁਹਾਨੂੰ ਦੱਸ ਦੂੰਗਾ, ਬਾਕੀ ਅੱਗੇ ਮਾਲਕ ਦੀ ਮਰਜ਼ੀ, ਜਿਵੇਂ ਸੰਯੋਗ ਹੋਣਗੇ ਬੱਚੇ ਮਿਲ ਜਾਣਗੇ। ਆ ਤਾਂ ਹੈ ਬਾਈ,
ਗੱਲ ਤਾਂ ਸਾਰੇ ਸੰਜੋਗਾਂ ਦੀ ਹੋਗਾ। ਚੱਲ ਚੰਗਾ ਜੈਮਲ ਸਿਆ, ਹੁਣ ਮੈਨੂੰ ਦਿਓ ਛੁੱਟੀਆਂ, ਮੈਂ ਚੱਲਦਾ। ਲੈ ਬੁੱਟਾ ਸਿਆ, ਕਿਵੇਂ ਜਾਵੇਂਗਾ, ਚਾਹ ਪੀ ਕੇ ਜਾਈ। ਬੁੜੇ ਬਹੂ ਚਾਹ ਲੈ ਕੇ ਆ। ਨਾ ਜੀ, ਚਾਹ ਦੀ ਖੇਚਲ ਕਿਉਂ ਕਰਨੀ ਸੀ, ਇਹੀ ਸਰ ਜਾਂਦਾ। ਚੱਲ ਕੋਈ ਨਾ, ਪੀ ਜਾਣ। ਬਾਕੀ ਜੈਮਲ ਸਿਆ, ਮੈਂ ਕੁੜੀ ਵਾਲਿਆਂ ਬਾਰੇ ਚੰਗੀ ਤਰ੍ਹਾਂ ਪਤਾ ਕਰਿਆ। ਪੂਰਾ ਵਧੀਆ ਪਰਿਵਾਰ ਹੈ। ਪਰਿਵਾਰ ਦੇ ਵਿੱਚ ਵੀ ਕੌਣ ਨੇ, ਇੱਕ ਕੁੜੀ ਆ, ਇੱਕ ਉਹਦਾ ਪਿਓ ਆ, ਨਾ ਕੋਈ ਭਰਾ ਨਾ ਕੋਈ ਹੋਰ ਹੈ। ਬਸ ਸਾਨੂੰ ਤਾਂ ਕੁੜੀ ਸਿਆਣੀ ਚਾਹੀਦੀ ਹੈ। ਮਹਾਂ ਜੀ, ਤੁਸੀਂ ਤਾਂ ਅਸੀਸਾਂ ਦਊਂਗੇ ਵੀ ਬਾ ਵੀ ਬੂਟੇ ਸਿਆ ਨੂੰ ਤਾਂ ਤੂੰ ਲੈ ਕੇ ਆਇਆ। ਬਾਈ ਮੈਨੂੰ ਐਂ ਦੱਸੋ, ਕੁੜੀ ਸੋਹਣੀ ਸੁਨੱਖੀ ਦਾ ਹੈਗੀ ਆ? ਹਾਂ ਹਾਂ ਭਾਈ, ਕੁੜੀ ਤਾਂ ਬਥੇਰੀ ਸੋਹਣੀ ਹੈ, ਤੁਹਾਡੇ ਪਰਿਵਾਰ ਚ ਰਲਦੀ ਮਿਲਦੀ ਹੈ, ਜਮਾਂ ਤੇਰੇ ਵਰਗੀ ਹੈ। ਫੇਰ ਤਾਂ ਬਾਈ ਅਸੀਂ ਦੋਵੇਂ ਭੈਣਾਂ ਬਣ ਕੇ ਰਹਾਂਗੀਆਂ। ਉਹ ਠੀਕ ਆ ਭਾਈ, ਅੱਜ ਤਾਂ ਆਪੇ ਚਾਹੁੰਦੇ ਹਾਂ ਵੀ ਤੁਸੀਂ ਭੈਣਾਂ ਬਣ ਕੇ ਰਹੋ, ਮਿਲ ਕੇ ਰਹੋ ਇਸ ਘਰ ਚ। ਹੁਣ ਰੱਜੋ ਦਾ ਕੀ ਆ, ਰੱਜੋ ਨੇ ਤਾਂ ਕੱਲ ਨੂੰ ਵਿਆਹ ਕਰਾ ਕੇ ਆਪਣਾ ਘਰ ਚਲ ਜਾਣਾ, ਤਾਂ ਰਹਿ ਗਏ ਅਸੀਂ, ਸਾਡਾ ਵੀ ਕੀ ਪਤਾ, ਬਾਅਦ ਚ ਤੁਹਾਨੂੰ ਹੀ ਸਾਂਭਣਾ ਸਾਰਾ ਕੁਛ। ਇਹ ਤਾਂ ਬਾਪੂ ਜੀ ਤੁਸੀਂ ਸਹੀ ਕਹਿੰਦੇ ਹੋ, ਬਾਅਦ ਚ ਸਾਰਾ ਕੁਛ ਸਾਡਾ ਹੀ ਆ। ਚਲੋ ਠੀਕ ਹੈ, ਮੈਂ ਨਾ ਦੁੱਧ ਧਰ ਕੇ ਆਈ ਸੀ ਗੈਸ ਤੇ, ਉਹ ਦੇਖ ਲਾ। ਬਾਕੀ ਮੰਮੀ ਜੀ, ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਆਵਾਜ਼ ਮਾਰ ਦਿਓ। ਕੋਈ ਨਾ ਪੁੱਤ, ਆਵਾਜ਼ ਮਾਰ ਦਾਂ ਜੇ ਕੋਈ ਲੋੜ ਹੋਈ। ਜੈਮਲ ਸਿਆ, ਇੱਕ ਗੱਲ ਆਖਾਂ, ਗੁੱਸਾ ਨਾ ਕਰੀ, ਮੈਨੂੰ ਜੱਸੇ ਦੀ ਬਹੁਤ ਤੇਜ਼ ਲੱਗਦੀ ਹੈ। ਉਹ ਭਾਈ ਬੁੱਟਾ ਸਿਆ, ਉਹ ਅੱਜ ਕੱਲ੍ਹ ਤੇਜ਼ ਤਰਾਰ ਬੰਦਿਆਂ ਦਾ ਜ਼ਮਾਨਾ, ਸਿੱਧੇ ਸਾਧਿਆਂ ਨੂੰ ਕੋਈ ਨਹੀਂ ਪੁੱਛਦਾ, ਸਿੱਧਿਆਂ ਤਾਂ ਲੋਕ ਲੁੱਟ ਕੇ ਖਾ ਜਾਂਦੇ ਨੇ। ਗੱਲ ਤਾਂ ਤੇਰੀ ਠੀਕ ਆ ਜੈਮਲ ਸਿਆ, ਪਰ ਜਦੋਂ ਦਾੜੀ ਨਾਲੋਂ ਮੁੱਛਾਂ ਲੰਬੀਆਂ ਹੋ ਜਾਣ ਨਾ, ਤਾਂ ਬੰਦੇ ਨੂੰ ਸੰਭਲ ਕੇ ਚੱਲਣਾ ਚਾਹੀਦਾ। ਬਾਕੀ ਬਾਈ ਤੁਹਾਡੇ ਘਰ ਦਾ ਮਾਮਲਾ, ਮੈਂ ਵਿੱਚ ਬੋਲਦਾ ਚੰਗਾ ਨਹੀਂ ਲੱਗਦਾ। ਚਲੋ ਠੀਕ ਹੈ ਜੀ, ਹੁਣ ਮੈਨੂੰ ਦਿਓ ਛੁੱਟੀਆਂ, ਮੈਂ ਕੁੜੀਆਂ ਦੇ ਘਰੇ ਵੀ ਜਾਣਾ। ਇੱਕ ਗੱਲ ਹੋਰ ਆ ਬੁੱਟੇ, ਤੂੰ ਕੁੜੀ ਵਾਲੇ ਨੂੰ ਸੁਨੇਹਾ ਲਾ ਦੇ ਭਾਈ ਵੀ ਜੇ ਸਾਨੂੰ ਕੁੜੀ ਪਸੰਦ ਆ ਗਈ ਨਾ ਉੱਥੇ ਮੌਕੇ 'ਤੇ, ਅਸੀਂ ਚੁਣ ਚੜਾਵਾ ਕਰ ਲਵਾਂਗੇ, ਮਾੜੀ ਮੋਟੀ ਆਪਣੀ ਤਿਆਰੀ ਰੱਖਣਾ। ਉਹ ਲਓ ਜੀ, ਇਹਦੇ ਵਿੱਚ ਨਾ ਪਸੰਦ ਆਉਣ ਵਾਲੀ ਕੀ ਗੱਲ ਹੈ, ਮੈਂ ਤੁਹਾਨੂੰ ਕਿਹਾ ਨਾ ਜਦੋਂ ਤੁਹਾਨੂੰ ਕੁੜੀ ਦੇਖ ਲਈ ਤੁਸੀਂ ਤਾਂ ਨਾਲ ਦੀ ਨਾਲ ਪਸੰਦ ਕਰ ਲਓਗੇ। ਤਾਂ ਹੀ ਤਾਂ ਕਹਿੰਦੇ ਆ ਬੁੱਟਿਆ ਸਿਆ ਵੀ ਉਹਨਾਂ ਨੂੰ ਕਹਿ ਦੇ ਵੀ ਤਿਆਰੀ ਰੱਖਣ, ਜੇ ਸਾਡੇ ਕੁੜੀ ਪਸੰਦ ਆ ਗਈ ਫਿਰ ਅਸੀਂ ਨਾਲ ਦੀ ਨਾਲ ਲੈ ਆਵਾਂ। ਉਹ ਕੁੜੀ ਤਾਂ ਜੀ ਤੁਹਾਨੂੰ 100% ਪਸੰਦ ਆਊ, ਮੇਰੀ ਵੀ ਜ਼ਿੰਦਗੀ ਦੇ ਤਜਰਬੇ ਨੇ, ਬਸ ਤੁਸੀਂ ਆਪਦੀ ਤਿਆਰੀ ਕਰਕੇ ਆਇਓ। ਓਏ ਅਸੀਂ ਤਾਂ ਭਾਈ ਪੂਰੀ ਤਿਆਰੀ ਕਰਕੇ ਆਵਾਂਗੇ, ਬਾਕੀ ਗੱਲ ਸੰਜੋਗਾਂ ਦੀ ਆ, ਜੇ ਸੰਜੋਗ ਹੀ ਨਾ ਭਿੜੇ ਉਹ ਗੱਲ ਅੱਡਾ। ਓਹੋ, ਜੋ ਹੋਊਗਾ ਚੰਗਾ ਹੀ ਹੋਊਗਾ, ਜਦੋਂ ਆਪਾਂ ਨੇ ਕਿਸੇ ਦਾ ਮਾੜਾ ਕੀਤਾ ਤੇ ਆਪਣਾ ਮਾੜਾ ਕਿਉਂ ਹੋਊਗਾ? ਤੁਸੀਂ ਕਿਉਂ ਘਬਰਾਉਣੇ ਹੋ, ਮੈਂ ਸਾਰਾ ਕੰਮ ਛੱਡ ਰੱਖਿਆ ਆਪਦਾ, ਮੇਰਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਪਿਆ ਵੀ ਸੁੱਖੇ ਦਾ ਰਿਸ਼ਤਾ ਹੋ ਜੇ। ਬਾਕੀ ਮੈਨੂੰ ਵੀ ਲਾਲਚ ਹੈ, ਤੁਸੀਂ ਮੇਰਾ ਮਾਨ ਸਨਮਾਨ ਨਾ ਕਰਨਾ ਭੁੱਲਿਓ, ਮਾਂ ਤੁਹਾਡੇ ਵੇੜੇ ਤਾਂ ਮੈਂ ਦੋ ਦਿਨਾਂ ਤੱਕ ਛਣ ਹੋਣ ਲੱਗ। ਉਹ ਮਾਣ ਤਾਣ ਵਾਲਾ ਫਿਕਰ ਨਾ ਕਰ ਬੁੱਟਿਆ, ਪੂਰਾ ਕਰਾਂਗੇ ਨਾ, ਮੈਂ ਵੀ ਜਵਾਨ ਦਾ ਪੱਕਾ, ਜਿਹੜੀ ਇੱਕ ਵਾਰੀ ਗੱਲ ਕਹਿਤੀ ਬਸ ਕਹਿਤੀ, ਬਸ ਤੂੰ ਰਿਸ਼ਤਾ ਸਿਰੇ ਚੜਾ। ਤੁਹਾਡੇ ਤਾਂ ਮੈਨੂੰ ਭਰੋਸਾ ਜੈਮਲ ਸਿਆ, ਉਹ ਤਾਂ ਮੈਂ ਉਹ ਸੁਭਾਵਿਕ ਗੱਲ ਕਰਦਾ ਸੀ, ਆਹ ਇੱਕ ਦੋ ਥਾਂ 'ਤੇ ਮੈਂ ਰਿਸ਼ਤੇ ਕਰਾਏ ਤੇ ਉਹ ਤਾਂ ਮੇਰੇ ਪੈਸੇ ਜੇ ਮੁੱਕਰ ਗਏ ਅਤੇ ਕੋਈ ਮੇਰੀ ਸ਼ਾਪ ਮੁੱਕਰ ਗਿਆ। ਉਹ ਚੱਲ ਕੋਈ ਨਾ, ਪਰ ਸਾਰੇ ਕੁਝ ਨਹੀਂ ਨਾ ਹੁੰਦੇ। ਚੱਲ ਜੈਮਲ ਸਿਆ, ਹੁਣ ਕਬੇਲਾ ਨਾ ਕਰਾਂ, ਮੈਂ ਜਾਵਾਂ ਕੁੜੀ ਵਾਲਿਆਂ ਵੱਲ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਤਾਂ ਠੀਕ ਲੱਗਦਾ। ਹਾਂ ਬੰਦੇ ਤਾਂ ਸਾਰੇ ਠੀਕ ਆ। ਮੇਰੀ ਗੱਲ ਸੁਣੋ, ਤੁਸੀਂ ਗੱਲ ਕਰਨੀ ਹੈ ਮੈਂ ਤੁਹਾਡੇ ਨਾਲ। ਹਾਂ ਦੱਸ ਕੀ ਕਹਿਣੀ। ਮੈਂ ਇਹ ਕਹਿੰਦੀ ਸੀ ਸੁੱਖੇ ਦੇ ਵਿਆਹ 'ਤੇ ਜਿੰਨਾ ਵੀ ਖਰਚਾ ਹੋਊਗਾ ਨਾ ਪਾਪੂ ਜੀ ਆਪ ਹੀ ਕਰਨਗੇ, ਕਿਤੇ ਤੁਸੀਂ ਕਹੋ ਵੀ ਮੈਂ ਕਰੂੰਗਾ, ਮਾੜਾ ਜਿਹਾ ਆਪਦਾ ਹੱਥ ਨਾ ਘੁੱਟ ਕੇ ਚੱਲਿਓ। ਤੂੰ ਬੇਫਿਕਰ ਰਹਿ, ਮੈਂ ਵਿਆਹ 'ਤੇ ਚਵਾਨੀ ਨਹੀਂ ਖਰਚਦਾ, ਜੋ ਵੀ ਖਰਚਾ ਕਰਨਗੇ ਬੇਬੇ ਬਾਪੂ ਕਰਨਗੇ। ਅਤੇ ਇੱਕ ਗੱਲ ਹੋਰ, ਜਿੱਦੇ ਸੁੱਖੇ ਦੇ ਵਿਆਹ ਦਾ ਲੀੜਾ ਕੱਪੜਾ ਲੈਣ ਜਾਂ ਗਹਿਣੇ ਗੱਟੇ ਲੈਣ ਬਾਜ਼ਾਰ ਜਾਣਗੇ, ਉਹਦੇ ਆਪਾਂ ਵੀ ਨਾਲ ਚੱਲਾਂਗੇ, ਸਾਰਾ ਸਮਾਨ ਬੇਬੇ ਬਾਪੂ ਆਪੇ ਦੇਵਾਂਗੇ, ਆਪਾਂ ਕੁਛ ਨਹੀਂ ਲੈਣਾ। ਬਸ ਹੁਣ ਇਸੇ ਗੱਲ 'ਤੇ ਰਿਹੋ, ਕਿਤੇ ਬਾਅਦ ਵਿੱਚ ਮੁੱਕਰ ਜਾਇਓ, ਜਿੰਨਾ ਮਰਜ਼ੀ ਕਰ ਲਓ ਕਿਸੇ ਦਾ, ਬਾਅਦ 'ਚੋਂ ਤਾਂ ਜੁੱਤੀਆਂ ਹੀ ਪੈਂਦੀਆਂ ਨੇ, ਇਹਦੇ ਕਰਕੇ ਨਾ ਕਰਨ ਦੀ ਕੁਛ ਲੋੜ ਹੀ ਨਹੀਂ ਤੁਹਾਨੂੰ ਆਪ ਤਾਂ। ਉਹ ਨਹੀਂ ਮੁੱਕਰਦਾ, ਤੂੰ ਕਿਉਂ ਫਿਕਰ ਕਰਦੀ ਹੈ? ਕਿਉਂ ਨਾ ਫਿਕਰ ਕਰਾਂ ਜੀ, ਕੱਲ੍ਹ ਨੂੰ ਆਪਣੇ ਵੀ ਜਵਾਕ ਜੱਲਿਆਂ ਨੇ ਹੋਣਾ, ਉਹਨਾਂ ਬਾਰੇ ਵੀ ਸੋਚਣਾ ਆਪਾਂ ਨੇ ਕੁਛ, ਬਾਅਦ ਵਿੱਚ ਕਿਹਦੇ ਅੱਗੇ ਹੱਥ ਅੱਡਾਂਗੇ, ਤਾਂ ਹੀ ਸਮਝਾਉਂਦੀ ਹਾਂ ਤੁਹਾਨੂੰ। ਬਾਪੂ ਜੀ ਕੁਛ ਮਰਜ਼ੀ ਕਹਿ ਲੈਣ, ਤੁਸੀਂ ਪੰਜੀ ਨਹੀਂ ਖਰਚਣੀ ਹੈਗੀ। ਤੈਨੂੰ ਕਹਿਤਾ ਨਾ ਮੈਂ ਪੰਜੀ ਨਹੀਂ ਖਰਚਦਾ, ਨਾਲ ਇੱਕ ਗੱਲ ਹੋਰ, ਮੈਂ ਸਾਰੇ ਪੈਸੇ ਤੇਰੇ ਨਾਂ 'ਤੇ FD ਕਰਾ ਤੇ, ਸਮਝ ਗਈ? ਨਾਲ ਇੱਕ ਹੋਰ ਗੱਲ ਕਰਨੀ ਹੈ ਜੀ ਮੈਂ ਤੁਹਾਡੇ ਨਾਲ, ਮੈਂ ਉੱਡਦੀ ਉੱਡਦੀ ਗੱਲ ਸੁਣੀ ਆ, ਬਾਪੂ ਜੀ ਉਹਨੀ ਕਹਿੰਦੇ ਸੀ ਵੀ ਸੁੱਖੇ ਦਾ ਵਿਆਹ ਨਹੀਂ ਕਰਦੇ ਆਪਾਂ, ਚੁੰਨੀ ਚੜਾਵਾ ਕਰਾਂਗੇ, ਬਾਅਦ ਵਿੱਚ ਰਿਸ਼ਤੇਦਾਰਾਂ ਨੂੰ ਬੁਲਾ ਕੇ ਛੋਟੀ ਮੋਟੀ ਪਾਰਟੀ ਕਰ ਦਾਂਗੇ। ਅੱਛਾ ਜੀ, ਚੁੰਨੀ ਚੜਾਵਾ ਕਰਨਾ? ਉਹ ਆਪਣੇ ਵਿਆਹ 'ਤੇ ਤਾਂ ਬਾਪੂ ਨੇ 10-12 ਲੱਖ ਰੁਪਇਆ ਖਰਚਤਾ ਸੀ। ਉਹੀ ਤਾਂ ਗੱਲ ਆ ਜੀ, ਬਾਪੂ ਜੀ ਕਹਿੰਦੇ ਬਹੁਤ ਕਰਜ਼ਾ ਚੜਿਆ ਹੋਇਆ ਸਿਰ 'ਤੇ, ਤਾਂ ਹੀ ਤਾਂ ਚੁੰਨੀ ਚੜਾਵਾ ਕਰਨਗੇ। ਉਹ ਚੱਲ ਕੋਈ ਨਹੀਂ, ਦੇਖਦੇ ਜੋ ਹੋਊਗਾ, ਤੂੰ ਐਂ ਕਰ ਆਪਣਾ ਕੰਮ ਧੰਦਾ ਨਿਬੇੜ ਅਤੇ ਪਈਏ ਫਿਰ। ਹੋਰ ਹਲੇ ਭਾਂਡੇ ਮਾਂਜਣ ਵਾਲੇ ਪਏ ਨੇ ਮੇਰੇ, ਮੈਂ ਤਾਂ ਕਹਿੰਦੀ ਹਾਂ ਅੱਛੀ ਥੀ ਵਿਆਹ ਹੋ ਜਾਏ ਇਹਦਾ, ਉਹ ਮੇਰਾ ਵੀ ਕੰਮ ਕਰਾਉਣ ਵਾਲੀ ਕੋਈ ਨਾਲ। ਪਰ ਹੁਣ ਤਾਂ ਵਿਆਹ ਹੋ ਹੀ ਸਮਝ, ਉਧਰੋਂ ਵਿਚੋਲਾ ਵੀ ਤਾਹੂ ਆ ਪੂਰਾ ਵੀ ਮੇਰੇ 4 ਪੈਸੇ ਵੜਨਗੇ, ਉਧਰੋਂ ਬੇਬੇ ਬਾਪੂ ਵੀ ਪੂਰੇ ਤਾਹੂ ਨੇ ਵੀ ਨਵੀਂ ਨੂੰਹ ਆਵੇ, ਤੇਰਾ ਤਾਂ ਹੁਣ ਕੰਮ ਸੈੱਟ ਹੋ ਹੀ ਲੈ। ਚਲੋ ਚੰਗਾ, ਮੈਂ ਮੰਨ ਜਾਵਾਂ ਭਾਂਡੇ। ਜਾਣ ਬੇਟਾ। ਸੁੱਖੇ ਕੀ ਹੋਇਆ ਯਾਰ, ਤੂੰ ਬੋਲਾ ਬੋਲਾ ਹੋ ਗਿਆ, ਤੈਨੂੰ ਸੁਣਦਾ ਨਹੀਂ ਹੈਗਾ, ਮੈਂ ਕਿੰਨੀਆਂ ਆਵਾਜ਼ਾਂ ਮਾਰੀ ਜਾਂਦੀ ਆ। ਉੱਠ ਛੇਤੀ, ਮੈਨੂੰ ਮੇਰੀ ਸਹੇਲੀ ਘਰ ਛੱਡ ਕੇ, ਮੇਰਾ ਪ੍ਰੈਕਟੀਕਲ ਆ, ਮੈਂ ਲੇਟ ਹੋ ਜਾਊਂਗੀ। ਉਹ ਜੱਸੇ ਵੀ ਉਹਨੂੰ ਕਹਿ ਰਿਹਾ ਛੱਡਿਆ ਹੋਊਗਾ, ਹੱਦ ਕਰੀ ਜਾਂਦਾ। ਬੇਬੇ ਦੇਖ ਲੈ, ਮੇਰੀ ਗੱਲ ਹੀ ਨਹੀਂ ਸੁਣਦਾ ਹੈਗਾ, ਆਈ ਮਾੜਾ ਜਿਹਾ। ਕੀ ਹੋ ਗਿਆ ਪੁੱਤੂ? ਕਦੋਂ ਦੀ ਇਹਦੇ ਸਰਾਣੇ ਖੜ ਕੇ ਮੈਂ ਬੋਲਣ ਲੱਗੀ ਆ, ਹਜੇ ਤੱਕ ਨਹੀਂ ਉੱਠਿਆ ਹੈਗਾ। ਮੈਂ ਆਪਦੀ ਸਹੇਲੀ ਕੇ ਘਰੇ ਜਾਣਾ, ਲੇਟ ਕਰਾਈ ਜਾਂਦਾ। ਮੈਂ ਕਰਦੀਆਂ ਇਹਦੇ ਨਾਲ। ਬੇ ਸੁੱਕੇ, ਬੇ ਤੂੰ ਉੱਠਦਾ ਕਿਉਂ ਨਹੀਂ? ਕੁੜੀ ਕਦੋਂ ਦੀ ਬਾਜਾ ਮਾਰੀ ਜਾਂਦੀ ਹੈਗੀ, ਜਾ ਉਹਨੂੰ ਛੱਡ ਕੇ ਆ। ਕੀ ਆ ਬੇਬੇ, ਚੱਜ ਨਾਲ ਫੋਨ ਵੀ ਦਿੰਦੇ ਹੈਗੇ, ਜੱਸੇ ਵੀ ਇਹਨੂੰ ਕਹਿੰਦਾ ਛੱਡਿਆ ਹੋਊਗਾ। ਬੇ ਉਹ ਤੇਰੇ ਵਾਂਗੂ ਨੀਗਾ ਵਿਹਲਾ, ਸਵੇਰ ਦਾ ਗਿਆ ਖੇਤ ਪੱਠੇ ਲੈਣ, ਨਾਲੇ ਪਾਣੀ ਲਾ ਕੇ ਆਊਗਾ, ਤੂੰ ਇੱਥੇ ਸਾਰਾ ਦਿਨ ਮੰਜੇ ਤੋੜੀ ਜਾਂਦਾ ਵਿਹਲੜ। ਜਾ ਉੱਠ, ਮੂੰਹ ਹੱਥ ਧੋ। ਉਹ ਚੱਲ ਛੱਡਿਆ ਨਾ ਬੇਬੇ, ਨਾਲੇ ਭਾਬੀ ਨੂੰ ਕਹਿੰਦੇ ਚਾਹ ਬਣਾ ਦੂੰਗੀ। ਦੇਖ ਤਾਂ ਸਹੀ ਮਾਂ ਕਿਵੇਂ ਆਰਡਰ ਮਾਰਦਾ ਸਾਰੇ ਟੱਬਰ ਤੇ, ਕੋਈ ਨਾ ਬੱਚੇ ਜਿੱਦੇ ਵਿਆਹ ਹੋ ਗਿਆ ਨਾ ਉਦਾਂ ਮਰਵਾਊ ਅਗਲੀ ਤੇਰੇ ਆਰਡਰ। ਜੇ ਤਾਂ ਹੋਈ ਕੁੜੀ ਸਮਝਦਾਰ ਤੇ ਸਿਆਣੀ, ਫਿਰ ਤਾਂ ਸੰਭਾਲ ਲੂਗੀ, ਨਹੀਂ ਫਿਰ ਇਹ ਨਹੀਂ ਕਿਸੇ ਤੋਂ ਸੰਭਾਲਿਆ ਜਾਂਦਾ। ਸੰਭਾਲਣ ਦੀ ਗੱਲ ਕਰਦੀ ਆ ਬੇਬੇ, ਉਹ ਵੱਡੇ ਵੱਡੇ ਕਾਬੂ ਆ ਜਾਂਦੇ ਇਹਦੇ ਅਰਗੇ, ਤਾਂ ਇਹ ਕੀ ਸ਼ਹਿ ਆ ਫਿਰ, ਕੋਈ ਨਾ ਆ ਜਾਂਦੇ ਬਗਾਨੀ ਧੀ ਨੂੰ, ਉਦੇ ਪਤਾ ਲੱਗੂਗਾ ਇਹਨੂੰ ਸਵਾਰ ਕੇ। ਉੱਠ ਕੜ ਹੁਣ। ਮੰਮੀ ਮੈਨੂੰ ਤਾਂ ਆਏ ਆ, ਕੋਈ ਇਹਦੇ ਅਰਗੇ ਨਾ ਜੇ ਕਿਤੇ ਜੁੱਗ ਨੂੰ ਜੁੱਗ ਟੱਕਰ ਜੇ। ਉਹ ਭਾਬੀ ਚਾਹ ਬਣਾ ਦੇ ਕੁੱਟਕਾ। ਅਰੇ ਚਾਹ ਤਾਂ ਨਾ ਸਵੇਰ ਦੀ ਬਣੀ ਪਈ ਆ, ਤੂੰ ਹੀ ਨਹੀਂ ਉੱਠਦਾ, ਕੀ ਕਰਾਂ, ਲਿਆ ਦਿੰਨੀ ਆ। ਨਾਲੇ ਜੇ ਕੁਛ ਖਾਣ ਨੂੰ ਪਿਆ ਨਾ,
ਖਾਣ ਲਿਆਈ, ਭੁੱਖ ਬਹੁਤ ਲੱਗੀ ਆ। ਵੇ ਖਾਣ ਨੂੰ ਤਾਂ ਕਲੀਆਂ ਰੋਟੀਆਂ ਹੀ ਨੇ ਤੇ ਜਿਨ੍ਹਾਂ ਨੂੰ ਟਾਈਮ ਲੱਗੂਗਾ ਬਣਾਉਣ ਚ ਮੈਨੂੰ। ਤੂੰ ਐ ਕਰ, ਆ ਕੁੜੀ ਨੂੰ ਛੱਡਿਆ ਜਿੱਥੇ ਉਹਨੇ ਜਾਣਾ, ਤੂੰ ਆਏਗਾ ਫਿਰ ਬਣਾ ਦੂੰਗੀ ਤੈਨੂੰ, ਜਾ ਜਾ ਆ। ਚੱਲ ਮੈਨੂੰ, ਮੈਂ ਚਾਹ ਨਾਲੇ ਸਾਰ ਲੈਣਾ ਭਾਪੀ, ਦੋ ਪਰੌਂਠੇ ਵੱਧ ਹੀ ਲਾ ਲਈ, ਭੁੱਖ ਬਹੁਤ ਲੱਗੀ ਆ। ਚੱਲ ਚੰਗਾ, ਲਿਆਉਣੀ ਆ ਚਾਹ। ਜੈਲਾ ਸਿਆ ਕਰੀ ਆ, ਓਏ ਆ ਜਾ ਜਾ ਬੂਟਾ ਸਿਆ, ਕਰੀ ਆ ਲੰਘਿਆ, ਆ ਜਾ ਜਾ ਬਹਿ ਜਾ। ਹੋਰ ਵੀ ਜੈਲਾ ਸਿਆ ਠੀਕ ਹੈ, ਸਿਹਤਾਂ ਠੀਕ ਨੇ ਤੇਰੀਆਂ? ਸਭ ਠੀਕ ਠਾਕ, ਨੰਦ ਮੰਗਲ ਹੈ, ਤੂੰ ਸੁਣਾ। ਜੈਲਾ ਸਿਆ, ਮੈਂ ਤੈਨੂੰ ਐਂ ਕਹਿਣਾ ਬਈ, ਜ਼ਿੰਦਗੀ ਵਿੱਚ ਮੈਂ ਬਹੁਤ ਰਿਸ਼ਤੇ ਕਰਾਏ ਨੇ, ਪਰ ਜਿਹੜਾ ਜੋੜਾ ਆਪਣੀ ਕੁੜੀ ਦਾ ਠੀਕ ਬੈਠਿਆ ਨਾ, ਮਜਾਲ ਆ ਕਿਸੇ ਦਾ ਬੈਠ ਗਿਆ ਹੋਵੇ। ਤੂੰ ਮੈਨੂੰ ਹੁਣ ਐਂ ਦੱਸ, ਮੈਂ ਮੁੰਡੇ ਵਾਲਿਆਂ ਨੂੰ ਫੋਨ ਕਰਦਾ, ਦੇਖ ਲਿਖਾ ਹੀ ਤਾਂ ਤੈਨੂੰ ਪੱਕਾ ਕਰਦਾ। ਓਏ ਹਾਂ ਹਾਂ ਬੂਟਾ ਸਿਆ, ਮੁੰਡੇ ਵਾਲਿਆਂ ਨੂੰ ਕਰਦੇ ਫੋਨ, ਜੇ ਹੁਣ ਮੁੰਡੇ ਨੂੰ ਦੇਖਾਂਗੇ, ਕੋਈ ਗੱਲਬਾਤ ਕਰਾਂਗੇ, ਤਾਂ ਹੀ ਰਿਸ਼ਤਾ ਹੋਊਗਾ ਨਾ। ਤੂੰ ਐਂ ਕਰ, ਉਹਨਾਂ ਨੂੰ ਬੁੱਧਵਾਰ ਦਾ ਦਿਨ ਦੇ ਦੇ, ਬੁੱਧਵਾਰ ਵਾਲੇ ਦਿਨ ਦੇਖ ਦਿਖਾਈ ਕਰ ਲਾਂਗੇ। ਠੀਕ ਹੈ, ਬਸ ਫਿਰ ਮੈਂ ਉਹਨਾਂ ਨੂੰ ਫੋਨ ਕਰ ਦੂੰਗਾ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਹੋਰ ਠੀਕ ਆ ਕੁੜੀਏ? ਹਾਂ ਹਾਂ ਠੀਕ ਹੈ। ਵਧਾਈਆਂ ਹੋ ਗਏ ਹੁਣ ਤਾਂ ਤੇਰੇ ਕਨੀ। ਹਾਂਜੀ, ਤੇ ਮੈਂ ਇਹ ਕਹਿੰਦੀ ਸੀ, ਬੁੱਧਵਾਰ ਤਾਂ ਤੁਸੀਂ ਭਾਵੇਂ ਪੱਕਾ ਕਰ ਦਿਓ, ਪਰ ਮੇਰੀ ਇੱਕ ਗੱਲ ਸੁਣ ਲਓ ਧਿਆਨ ਨਾਲ, ਜੇ ਮੈਨੂੰ ਮੁੰਡਾ ਪਸੰਦ ਨਾ ਆਇਆ ਤਾਂ ਮੈਂ ਮੌਕੇ ਤੇ ਜਵਾਬ ਦੇ ਦੂੰ, ਫਿਰ ਮੇਰੀ ਕੰਨੀ ਉੱਥੇ ਅੱਖਾਂ 'ਚ ਨਾ ਕੱਢਿਓ। ਜੱਸੀ, ਮੁੰਡਾ ਤਾਂ ਹੀਰਾ ਲੱਭਿਆ ਤੇਰੇ ਲਈ, ਕੋਈ ਐਬ ਨਹੀਂ, ਵਧੀਆ ਜ਼ਮੀਨ ਹੈ, ਸਾਰਾ ਟੱਬਰ ਰੱਬ ਦੀ ਗਊ ਹੈ। ਦੇਖੀ ਬਾਈ, ਜਿਹੜੀ ਆ ਰੱਬ ਦੀ ਗਊ ਆ, ਕਿਤੇ ਮੈਨੂੰ ਤੇ ਬਾਪੂ ਨੂੰ ਸਿੰਘਾਂ ਤੇ ਨਾ ਚੱਕ ਲੈ। ਉਹ ਬੂਟਾ ਸਿਆ, ਉਹ ਜਿੰਨਾ ਤੱਕ ਇਹਦਾ ਵਿਆਹ ਨਹੀਂ ਹੁੰਦਾ ਨਾ, ਇਹ ਤਾਂ ਆਈਆਂ ਆਪਣਾ ਦਿਮਾਗ ਚੱਟੀ ਜਾਊਗੀ। ਤੂੰ ਬੁੱਧਵਾਰ ਦਾ ਦਿਨ ਦੇ ਦੇ ਉਹਨਾਂ ਨੂੰ, ਉਹ ਮੁੰਡਾ ਜਿਹਾ ਜਿਹਾ ਮਰਜ਼ੀ ਹੋਵੇ। ਲੈ ਬਾਈ ਦੱਸ, ਜੇ ਮੁੰਡਾ ਪਸੰਦ ਆਊਗਾ ਮੈਂ ਤਾਂ ਹੀ ਵਿਆਹ ਕਰੂੰਗੀ, ਨਹੀਂ ਤਾਂ ਮੇਰੇ ਵੱਲੋਂ ਤਾਂ ਹੁਣੇ ਹੀ ਨਾ ਆ। ਉਹ ਜੱਸੀ, ਸ਼ੁਭ ਕੰਮ ਦੇ ਵਿੱਚ ਐਵੇਂ ਨੰਨਾ ਨਹੀਂ ਮਰਜ਼ਦਾ ਹੁੰਦਾ। ਜਦੋਂ ਮੈਂ ਤੈਨੂੰ ਕਹਿਤਾ ਨਾ ਵੀ ਮੇਰੀ ਪੂਰੀ ਗਰੰਟੀ ਹੈ, ਜਦੋਂ ਤੈਨੇ ਮੁੰਡਾ ਦੇਖ ਲਿਆ ਤੈਨੂੰ ਤਾਂ ਨਾਲ ਦੀ ਨਾਲ ਪਸੰਦ ਆ ਜਾਊਗਾ। ਠੀਕ ਆ, ਪਰ ਤੁਸੀਂ ਫਿਰ ਉਹਨਾਂ ਨੂੰ ਇੱਕ ਗੱਲ ਕਹਿ ਦਿਓ ਵੀ ਮੇਰੇ ਬਾਪੂ ਕੋਲ ਇੰਨੇ ਪੈਸੇ ਨਹੀਂ ਹੈਗੇ ਲਾਉਣ ਵਾਸਤੇ, ਕਿਤੇ ਕੱਲ ਨੂੰ ਐ ਕਹਿਣ ਵੀ ਕੁਛ ਲੈ ਕੇ ਨਹੀਂ ਆਈ। ਜੱਸੀ, ਕਿਵੇਂ ਦੀਆਂ ਗੱਲਾਂ ਕਰਦੀ ਐ? ਨਾਲੇ ਜੈਲੇ ਸਿਆ, ਇਹ ਸਾਰੀਆਂ ਗੱਲਾਂ ਤਾਂ ਆਪਾਂ ਨੇ ਉਹਨਾਂ ਨਾਲ ਪਹਿਲਾਂ ਖੋਲੀਆਂ ਨੇ ਵੀ ਸਾਡਾ ਬਈ ਕੋਈ ਲੈਣ ਦੇਣ ਨਹੀਂ ਹੈਗਾ। ਉਹਨਾਂ ਨੇ ਤਾਂ ਆਪ ਕਿਹਾ ਵੀ ਅੱਜ ਤੱਕ ਕੁੜੀ ਨੂੰ 3 ਲੀੜਿਆਂ 'ਚ ਲੈ ਜਾਵਾਂਗੇ, ਹੋਰ ਸਾਨੂੰ ਕੁਛ ਨਹੀਂ ਚਾਹੀਦਾ, ਬਸ ਕੁੜੀ ਘਰੇਲੂ ਹੋਣੀ ਚਾਹੀਦੀ ਹੈ। ਉਹ ਬੂਟਾ ਸਿਆ, ਤੂੰ ਕਰਦੇ ਉਹਨਾਂ ਨੂੰ ਫੋਨ ਵੀ ਆ ਜਾਓ ਬੁੱਧਵਾਰ। ਕੋਈ ਗੱਲ ਨਹੀਂ ਜੈਲਾ ਸਿਆ, ਬਸ ਮੈਂ ਜਾ ਕੇ ਫੋਨ ਕਰ ਦਿੰਦਾ ਉਹਨਾਂ ਨੂੰ। ਨਾਲੇ ਬਾਈ, ਤੂੰ ਤਾਂ ਮੇਰੀ ਹੋਣ ਵਾਲੀ ਸੱਸ ਨੂੰ ਮਿਲਿਆ ਹੀ ਹੋਇਆ ਹਨਾ, ਮੈਨੂੰ ਐਂ ਦੱਸੀ ਵੀ ਉਹਦਾ ਸੁਭਾਅ ਕਿਹੋ ਜਿਹਾ, ਗੁੱਸੇ ਖੋਰਾ ਜਾਂ ਨਰਮ ਜੀ ਆ, ਕਿਤੇ ਕੱਲ ਨੂੰ ਵਿਆਹ ਤੋਂ ਬਾਅਦ ਮੇਰੇ ਨਾਲ ਲੜਾਈਆਂ ਕਰੀ ਜਾਵੇ। ਜੱਸੀ ਕੁੜੇ, ਮੁੰਡੇ ਦੀ ਮਾਂ ਦਾ ਸੁਭਾਅ ਬਹੁਤ ਵਧੀਆ, ਜਿਹੜਾ ਮਾਂ ਦਾ ਪਿਆਰ ਤੈਨੂੰ ਇਸ ਘਰ ਦੇ ਵਿੱਚ ਨਹੀਂ ਮਿਲਿਆ, ਉਹ ਘਰ ਤੇਰੀ ਸਹੁਰੇ ਜਾ ਕੇ ਪੂਰੀ ਹੋਜੂ। ਤੇ ਬਾਈ ਸਹੁਰਾ, ਸਹੁਰੇ ਦਾ ਸੁਭਾਅ ਕਿਵੇਂ ਦਾ, ਭਲਾ ਮਾਨਸਾ ਜਾ ਉਹ ਵੀ ਖੜੂਸ ਜਾ। ਕੁੜੀਏ, ਸਹੁਰੇ ਬਾਰੇ ਕੀ ਪੁੱਛਦੀ ਹੈ, ਉਹ ਤਾਂ ਬਈ ਰੱਬ ਦਾ ਭਗਤ ਆ ਜਮੀ, ਪੂਰੇ ਪਿੰਡ ਦੇ ਵਿੱਚੋਂ ਕੋਈ ਉਹਦੀ ਸਹੁ ਨਹੀਂ ਖਾਂਦਾ, ਜਮੀ ਨਰਮ ਬੰਦਾ। ਨਾਲੇ ਮੇਰੀ ਗੱਲ ਸੁਣ, ਹੁਣ ਤੈਨੂੰ ਜੇਠ ਜਠਾਣੀ ਬਾਰੇ ਵੀ ਦੱਸ ਦਿੰਦਾ, ਨਹੀਂ ਤੂੰ ਉਹ ਵੀ ਪੁੱਛੇਗੀ, ਉਹ ਵੀ ਪੂਰੇ ਹੱਸ ਮੁੱਖ ਸੁਭਾਅ ਦੇ ਨੇ, ਜਦੋਂ ਤੂੰ ਜਾਏਂਗੀ ਨਾ ਉਹਨਾਂ ਨਾਲ ਤੇਰਾ ਤਾਂ ਦਿਲ ਮਿਲ ਜੂ, ਤੂੰ ਤਾਂ ਕਹੇਂਗੀ ਇਹ ਤਾਂ ਮੈਨੂੰ ਪਰਾਏ ਲੱਗਦੀ ਨਹੀਂ ਹੈਗੇ। ਨਾ ਨਾ ਬਾਈ, ਉਹਨਾਂ ਬਾਰੇ ਕਾਹਤੋਂ ਪੁੱਛਣਾ, ਜਦੋਂ ਸੱਸ ਦੇ ਸਹੁਰੇ ਦਾ ਸੁਭਾਅ ਇੰਨਾ ਚੰਗਾ ਆ, ਫਿਰ ਉਹ ਤਾਂ ਆਪ ਹੀ ਚੰਗੇ ਹੋਣੇ ਆ। ਉਹ ਚੱਲ ਠੀਕ ਆ ਬੂਟਾ ਸਿਆ, ਤੂੰ ਫੋਨ ਕਰਕੇ ਮੈਨੂੰ ਦੱਸ ਦੀ, ਦੇਖ ਦਿਖਾਈ ਤੇ ਕਿੰਨੇ ਕੁ ਬੰਦੇ ਆਉਣਗੇ, ਤੇ ਉਹ ਜਿਹੇ ਹਿਸਾਬ ਨਾਲ ਖਰਚੇ ਪਾਣੀ ਦਾ ਵੀ ਇੰਤਜ਼ਾਮ ਕਰ ਲੈਣਾ। ਜਰਨੈਲ ਸਿਆ, ਤੂੰ ਜਮਾ ਨਾ ਘਬਰਾ, ਜਿੰਨੀ ਤੈਨੂੰ ਸੋਚ ਹੈ
ਤੇਰੇ ਨਾਲੋਂ ਵੱਧ ਸੋਚ ਉਹਨਾਂ ਨੂੰ ਆ। ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਦੇਖ ਦਿਖਾ ਇੱਥੇ ਕਿੰਨੇ ਕੁ ਜਣੇ ਵਗ ਜਾਓਗੇ, ਉਹ ਕਹਿੰਦੇ ਵੀ ਅਸੀਂ ਨਹੀਂ ਵਾਧੂ ਇਕੱਠ ਕਰਦੇ, ਅਗਲੇ ਦੀ ਵੀ 100 ਮਜ਼ਬੂਰੀ ਹੁੰਦੀ ਹੈ, ਕਹਿੰਦੇ ਅਸੀਂ ਤਾਂ ਘਰ ਘਰ ਦੇ ਜੀ ਜਾਵਾਂਗੇ, ਹੋਰ ਤੀਜਾ ਬੰਦਾ ਨਹੀਂ ਜਾਂਦਾ ਕੋਈ। ਚੱਲ ਠੀਕ ਹੈ ਫਿਰ, ਤੂੰ ਕਰ ਦੇ ਪੱਕਾ, ਬੁੱਧਵਾਰ ਦਾ ਦਿਨ ਉਹਨਾਂ ਨੂੰ ਦੱਸ ਦੀ। ਕੋਈ ਨਾ ਜਨਰਲ ਸਿਆ, ਮੈਂ ਉਹਨਾਂ ਨੂੰ ਫੋਨ ਕਰਕੇ ਕਹਿ ਦੂੰਗਾ, ਤੂੰ ਨਾ ਹੁਣ ਬਹੁਤੀ ਸੋਚ ਕਰ, ਇਹ ਸਾਰੀ ਜ਼ਿੰਮੇਵਾਰੀ ਤਾਂ ਹੁਣ ਮੇਰੀ ਹੈ। ਚੱਲ ਚੰਗਾ ਜਨਰਲ ਸਿਆ, ਹੁਣ ਮੈਨੂੰ ਛੁੱਟੀਆਂ ਬਖਸ਼ੋ, ਮੈਂ ਜਾਣਾ। ਨਾ ਨਾ ਬੂਟਾ ਸਿਆ, ਰੋਟੀ ਦਾ ਟਾਈਮ ਹੋਇਆ ਪਿਆ, ਰੋਟੀ ਖਾ ਕੇ ਜਾਈ, ਸਾਰੇ 10 ਮਿੰਟ ਲੱਗਣੇ ਨੇ। ਕੋਈ ਨਾ ਜਰਨੈਲ ਸਿਆ, ਹੁਣ ਤਾਂ ਦੇਖ ਦਿਖਾਈ ਵਾਲੇ ਦਿਨ ਛਕਾਂਗੇ ਪ੍ਰਸਾਦ ਦੇ, ਨਾਲੇ ਚਾਰ ਰਿਸ਼ਤੇਦਾਰਾਂ 'ਚ ਬਹਿ ਕੇ। ਚੰਗਾ ਭਾਈ, ਚੰਗਾ ਜੀ ਜਰਨੈਲ ਸਿਆ। ਬਾਪੂ ਮੈਂ ਤੈਨੂੰ ਇੱਕ ਗੱਲ ਪੁੱਛਾਂ, ਸੱਚੋ ਸੱਚੀ ਦੱਸੀ, ਸਿੱਧੇ ਮੇਰਾ ਵਿਆਹ ਹੋ ਗਿਆ, ਮੈਂ ਇਸ ਘਰ 'ਚ ਤੁਰ ਗਈ, ਕੀ ਤੂੰ ਰੋਵੇਂਗਾ? ਤੂੰ ਹੈ ਮੇਰੇ ਕਮਲਾ ਪੁੱਤ, ਦੁਨੀਆ ਦਾ ਇਹੋ ਜਿਹਾ ਕਿਹੜਾ ਬਾਪ ਹੈ ਜਿਹੜਾ ਧੀ ਤੋਰ ਕੇ ਰੋਂਦਾ ਨਹੀਂ ਹੈਗਾ। ਜੇ ਆਹੀ ਗੱਲ ਆ ਨਾ, ਫਿਰ ਮੈਂ ਨਹੀਂ ਵਿਆਹ ਕਰਾਉਂਦੀ। ਬਾਪੂ ਮੈਂ ਸਭ ਕੁਛ ਕਰ ਸਕਦੀ ਹਾਂ, ਪਰ ਮੈਂ ਤੇਰੀ ਅੱਖਾਂ 'ਚ ਹੰਝੂ ਨਹੀਂ ਦੇਖ ਸਕਦੀ। ਉਹ ਪੁੱਤ, ਇਹ ਤਾਂ ਜੱਗ ਦੀ ਰੀਤ ਹੈ, ਧੀਆਂ ਤਾਂ ਰਾਜੇ ਰਾਣਿਆਂ ਨੇ ਨਹੀਂ ਰੱਖੀਆਂ, ਮੈਂ ਕਿੱਥੋਂ ਰੱਖ ਲਾਂ। ਬਾਪੂ ਜੇ ਤੂੰ ਮੇਰੇ ਵਿਆਹ ਵਾਲੇ ਦਿਨ ਰੋਇਆ ਨਾ, ਸੱਚੀ ਮੈਂ ਡੋਲੀ 'ਚ ਨਹੀਂ ਬਹਿਣਾ ਬਾਪੂ। ਹੈ ਮੇਰਾ ਕਮਲਾ ਪੁੱਤ, ਬਸ ਚੁੱਪ ਕਰ। ਕੁੜੀ ਵਾਲੇ ਨੇ ਤਾਂ ਬੁੱਧਵਾਰ ਦਾ ਪੱਕਾ ਕਰਤਾ ਜੀ, ਬਸ ਹੁਣ ਤੁਸੀਂ ਵੀ ਬੁੱਧਵਾਰ ਦਾ ਪੱਕਾ ਸਮਝੋ। ਚੱਲ ਬੁੱਧਵਾਰ ਤਾਂ ਪੱਕਾ ਹੈਗਾ, ਮੈਂ ਕਹਿੰਦੀ ਹਾਂ ਸੁੱਖੇ ਦੇ ਬਾਪੂ ਨੂੰ, ਅਸੀਂ ਕਰ ਲੈਂਦੇ ਹਾਂ ਤਿਆਰੀ। ਬਸ ਤੁਸੀਂ ਬੁੱਧਵਾਰ ਨੂੰ ਲੇਟ ਨਾ ਹੋਇਓ, ਥੋੜ੍ਹਾ ਟਾਈਮ ਨਾਲ ਚੱਲ ਪਿਓ, ਮੈਂ ਤੁਹਾਨੂੰ ਅੱਗੇ ਮਿਲ ਜੂੰਗਾ। ਨਹੀਂ ਨਹੀਂ, ਅਸੀਂ ਟਾਈਮ ਨਾਲ ਹੀ ਆਵਾਂਗੇ। ਚੱਲ ਕੋਈ ਨਹੀਂ, ਸਤਿ ਸ਼੍ਰੀ ਅਕਾਲ। ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ। ਮੰਮੀ ਜੀ ਕਿਹਦਾ ਫੋਨ ਸੀਗਾ? ਬੂਟੇ ਵਿਚੋਲੇ ਦਾ ਫੋਨ ਸੀ ਪੁੱਤ। ਅੱਛਾ, ਉਹ ਕਹਿੰਦਾ ਬੁੱਧਵਾਰ ਦਾ ਦਿਨ ਦਿੱਤਾ ਪੱਕਾ ਹੈ। ਚਲੋ ਮੰਮੀ ਜੀ ਇਹ ਤਾਂ ਵਧੀਆ ਗੱਲ ਹੈ, ਫਿਰ ਮੈਨੂੰ ਐਂ ਦੱਸੋ ਆ ਕੱਪੜਾ ਲੱਤਾ ਕਦੋਂ ਲੈਣ ਜਾਣਾ ਸ਼ਹਿਰ ਨੂੰ? ਬਸ ਇੱਕ ਅੱਧੇ ਦਿਨ 'ਚ ਜਾਣਾ ਪੈਣਾ ਪੁੱਤ, 4 ਤਾਂ ਦਿਨ ਰਹਿ ਗਏ, ਤਿਆਰੀ ਇੰਨੀ ਕਰਨ ਵਾਲੀ ਪਈ ਆ। ਮੰਮੀ ਜੀ ਇਹ ਕਹਿੰਦੇ ਸੀ ਅਸੀਂ ਦੋਵੇਂ ਵੀ ਚੱਲਾਂਗੇ ਤੁਹਾਡੇ ਨਾਲ, ਪਰ ਸਾਡਾ ਵੀ ਤਾਂ ਕੱਪੜਾ ਲੀੜਾ ਲੈ ਕੇ ਆਉਣਾ ਥੋੜ੍ਹਾ ਜਿਹਾ। ਓਹੋ ਪੁੱਤ, ਤੁਸੀਂ ਦੋਨੇ ਵਗ ਜਾਓ ਕੱਪੜਾ ਲੀੜਾ ਲੈਣਾ। ਮੰਮੀ ਜੀ ਇਹਨਾਂ ਦਾ ਨਾ ਹੱਥ ਥੋੜ੍ਹਾ ਜਿਹਾ ਟੈਟ ਆ, ਇਹ ਕਹਿੰਦੇ ਸੀ ਜਦੋਂ ਮੰਮੀ ਜੀ ਉਹਨੇ ਕੱਪੜੇ ਲੀੜੇ ਲੈ ਕੇ ਆਉਣਗੇ ਤਾਂ ਸਾਡੇ ਵੀ ਲੈ ਆਉਣਗੇ ਨਾਲ ਹੀ। ਐਂ ਕਰਿਓ 3 ਸੂਟ ਮੈਨੂੰ ਦਵਾ ਦਿਓ, ਆ 2 ਪੈਂਟਾਂ ਸ਼ਰਟ ਇਹਨਾਂ ਵਾਸਤੇ ਲਿਆਵਾਂਗੇ, ਨਾਲੇ ਸੁੱਖੀ ਦੇ ਵੀ ਕੱਪੜੇ ਲੈ ਕੇ ਆਉਣੇ ਨੇ, ਨਾਲੇ ਬਾਕੀ ਰਹਿੰਦੀ ਗੱਲ ਮੇਰੀ ਦਰਾਣੀ ਵਾਸਤੇ ਟੂਮ ਛੱਲਾ ਵੀ ਤਾਂ ਲੈ ਕੇ ਆਉਣਾ, ਆਪਾਂ ਸਾਰਾ ਕੁਝ ਇਕੱਠੇ ਜਾ ਕੇ ਲੈ ਆਵਾਂਗੇ। ਇਹ ਸੱਸ ਨੂੰ ਹੋਰ ਕੀ ਗੱਲਾਂ ਲੱਗੀਆਂ ਨੇ, ਚੱਲ ਜਾ ਕੇ ਪਤਾ ਕਰਦਾ ਮੈਂ। ਕੋਈ ਨਾ ਪੁੱਤ, ਤੇਰੇ ਬਾਪੂ ਨੂੰ ਆ ਜਾਣ ਦੇ, ਉਹਦੇ ਨਾਲ ਰਾਏ ਕਰਕੇ ਦੱਸ ਦੇ। ਕਾਹਦੀ ਰਾਏ ਕਰਨੀ ਹੈ ਮੈਨੂੰ ਵੀ ਦੱਸ ਦੋ। ਆਹੀ ਵਿਆਹ ਦੇ ਕੱਪੜੇ ਲੀੜੇ ਦੀ, ਇਹ ਕਹਿੰਦੀ ਸੀ ਵੀ ਵਿਆਹ ਦਾ ਕੱਪੜਾ ਲੀੜਾ ਲੈਣ ਜਾਣਾ, ਨਾ ਛੋਟੀ ਵਾਸਤੇ ਟੁੰਮਾ। ਉਹ ਟੁੰਮਾ ਦਾ ਤਾਂ ਭਾਈ ਆਏ ਆ ਜਿਹੜੀਆਂ ਤੈਨੂੰ ਪਾਈਆਂ ਦੀ ਵਿਆਹ 'ਚ, ਉਹਨਾਂ ਨਾਲ ਸਾਰ ਲੈਂਦੇ ਆਪਾਂ। ਨਵੀਆਂ ਤਾਂ ਬਹੁਤ ਮਹਿੰਗੀਆਂ ਬਣਨੀਆਂ ਪੁੱਤ, ਸੋਨੇ ਦਾ ਰੇਟ ਤਾਂ ਦੇਖੋ ਕਿੰਨਾ ਹੋ ਗਿਆ। ਬਾਪੂ ਜੀ ਉਹ ਟੁੰਮਾ ਤਾਂ ਪੁਰਾਣੀਆਂ ਹੋ ਗਈਆਂ, ਨਾਲੇ ਸੁੱਖੇ ਦਾ ਵਿਆਹ ਕਿਹੜਾ ਬਾਰ ਬਾਰ ਆਉਣਾ, ਇੱਕ ਵਾਰੀ ਆਪਾਂ ਵਿਆਹ ਕਰਨਾ,
ਜੇ ਮਾੜਾ ਮੋਟਾ ਖਰਚਾ ਹੋ ਵੀ ਜਾਊਗਾ ਫੇਰ ਕੀ ਹੁੰਦਾ? ਹੁੰਦੇ ਸੁਣਦੇ ਨਾ ਬਾਪੂ ਜੀ ਤੁਸੀਂ ਉਹੀ ਨਾ ਮਰੂ ਮਰੂ ਕਰਿਆ ਕਰੋ। ਓ ਭਾਈ ਕਰਜ਼ਾ ਤਾਂ ਤੁਹਾਡੇ ਵਿਆਹ ਨਹੀਂ ਉਤਰਿਆ ਜੀ, ਖਰਚੇ ਦੇ ਮਾਰੇ ਤਾਂ ਚੁੰਨ ਚੜਾਵਾ ਕਰ ਰਿਹਾ, ਔਰ ਪੁਰਾਣਿਆਂ ਨੂੰ ਕੀ ਹੁੰਦਾ ਹੈ? ਉਹਨਾਂ ਨਾਲ ਹੀ ਸਾਰਨਗੇ ਆਪਾਂ ਜੀ, ਗਾਹਾਂ ਆਪਾਂ ਨੇ ਕੁੜੀ ਦਾ ਵਿਆਹ ਵੀ ਕਰਨਾ ਜੀ, ਥੋੜ੍ਹਾ ਸੋਚ ਕੇ ਚੱਲਿਆ ਕਰੋ ਨਾ। ਕੋਈ ਨਾ ਪੁੱਤ, ਹੁਣ ਆਪਾਂ ਇਸੇ ਨਾਲ ਹੀ ਸਾਰ ਲੈਂਦੇ ਹਾਂ, ਜਦੋਂ ਆਪਣਾ ਹੱਥ ਖੁੱਲ੍ਹਾ ਹੋ ਗਿਆ ਉਦੋਂ ਨਵੀਆਂ ਕਰਾ ਦਾਂਗੇ। ਮੰਮੀ ਜੀ ਆਹ ਦੇਖੋ ਕਾਣੀ ਵੰਡ ਜੀ ਤਾਂ ਤੁਸੀਂ ਕਰੋ ਨਾ ਮੇਰੇ ਨਾਲ, ਮੈਂ ਆਪਦੀਆਂ ਟੂਮਾਂ ਕਿਸੇ ਨੂੰ ਨਹੀਂ ਦੇਣੀਆਂ। ਅਤੇ ਰਹੀ ਗੱਲ ਕੱਪੜਿਆਂ ਦੀ, ਜਦੋਂ ਤੁਸੀਂ ਕੱਪੜੇ ਲੈਣ ਜਾਓਗੇ ਨਾ ਆਹ ਸਾਡੇ ਵੀ ਨਾ ਇਹਨਾਂ ਦੇ ਬਰਾਬਰ ਦੇ ਕੱਪੜੇ ਲਿਆਇਓ, ਕਿਤੇ ਸੁੱਖੇ ਤੇ ਰੱਜੋ ਨੂੰ ਵਧੀਆ ਕੱਪੜੇ ਲਿਆ ਦਿਓ ਅਤੇ ਸਾਨੂੰ ਸਸਤੇ ਜੇ। ਉਹ ਲਿਆ ਦਾਂਗੇ ਪੁੱਤ, ਸੱਚੋ ਪੁੱਛੋ ਲੱਗੀ ਕਹਿੰਦਾ ਆਇਆ ਸੀ ਨਾ ਕੋਈ ਐਸੇ ਬੁੱਧਵਾਰ ਦਾ ਪੱਕਾ ਹੈਗਾ। ਆਹ ਬੁੱਧਵਾਰ ਦਾ? ਹਾਂ ਉਹ ਤਾਂ ਦਿਨੇ ਚਾਰ ਰਹਿ ਗਏ। ਹੋਰ ਤਾਂ ਜਵਾਕ ਨਾਲ ਗੱਲ ਕਰੀ ਕੋਈ? ਮੈਂ ਤਾਂ ਕਿਸੇ ਨਾਲ ਨਹੀਂ ਗੱਲ ਕੀਤੀ। ਕਿੱਥੇ ਨੇ ਉਹ? ਉਹ ਸੁੱਖਾ ਤਾਂ ਗਿਆ ਗਾ ਆਪਣਾ ਲੈ ਕੇ ਮੋਟਰਸਾਈਕਲ ਜਾਂ ਖਬਰਾਂ ਕਿੱਧਰ? ਜੱਸਾ ਕਿੱਥੇ ਪੁੱਤ? ਬਾਪੂ ਜੀ ਅੰਦਰ ਹੀ। ਭੇਜ ਮਾੜਾ ਜਾ ਉਹਨੂੰ, ਕਹਿੰਦੇ ਬਾਪੂ ਨੇ ਗੱਲ ਕਰ ਲਈ। ਭੇਜ ਦਿਓ ਜੇ ਘਰੇ ਵੜਦਾ ਫੇਰ ਹੀ ਉਹਦੇ ਨਾਲ ਗੱਲ ਕਰਦੀ। ਮੇਰੀ ਗੱਲ ਸੁਣੋ ਜੀ, ਬਹੁ ਤਾਂ ਜਵਾਬ ਦੇ ਗਈ ਟੂਮਿਆਂ ਤੋਂ, ਹੁਣ ਕੀ ਕਰਾਂਗੇ? ਜੱਸਾ ਆਉਂਦਾ ਗਾ ਉਹਦੇ ਨਾਲ ਚੰਗੀ ਤਰ੍ਹਾਂ ਗੱਲ ਕਰਿਓ, ਮੈਨੂੰ ਲੱਗਦਾ ਉਹ ਪੱਲਾ ਜਾ ਝਾੜ ਗਏ। ਉਹ ਚੱਲ ਕੋਈ ਨਾ, ਮੈਂ ਕਰ ਲੂੰਗਾ ਗੱਲ ਜੱਸੇ ਨਾਲ, ਪਰ ਤੈਂ ਬਹੂ ਨਾਲ ਕੋਈ ਗੱਲ ਨਹੀਂ ਕਰਨੀ, ਕਿਤੇ ਸ਼ੱਕ ਨਾ ਚੋਈਓ ਰੌਲਾ ਪਾ ਕੇ ਬਹਿ ਜਾਓ। ਮੈਂ ਕਿੱਥੇ ਬੋਲਦੀ ਹਾਂ, ਮੈਂ ਤਾਂ ਕਿਸੇ ਨੂੰ ਕੁਛ ਨਹੀਂ ਕਹਿੰਦੀ, ਉਹ ਤਾਂ ਆਪ ਹੀ ਰੌਲਾ ਪਾਈ ਜਾਂਦੇ ਆ। ਚੱਲ ਚਾਹ ਲੈ ਕੇ ਥੋੜ੍ਹੀ ਜਿਹੀ। ਜੀ ਮੇਰੀ ਗੱਲ ਸੁਣੋ, ਗੱਲ ਕਰਨੀ ਹੈ ਤੁਹਾਡੇ ਨਾਲ। ਹਾਂ ਦੱਸ ਕੀ ਗੱਲ ਕਰਨੀ ਹੈ? ਤੁਹਾਨੂੰ ਪਤਾ ਲੱਗਿਆ ਬਾਪੂ ਹੋਰਾਂ ਨੇ ਕੁੜੀ ਉਹਨਾਂ ਤੋਂ ਕੱਖ ਨਹੀਂ ਮੰਗਿਆ, ਕਹਿੰਦੇ ਬਸ ਤਿੰਨ ਕੱਪੜੇ 'ਚ ਕੁੜੀ ਭੇਜ ਦੇ। ਉਹ ਚੱਲ ਵਧੀਆ ਗੱਲ, ਜੇ ਕੱਲ੍ਹ ਨੂੰ ਤੁਸੀਂ ਦਰਾਣੀ ਠਾਣੀ ਲੜਦੀ ਪਈਆਂ ਉਹ ਤੈਨੂੰ ਮਿਹਣਾ ਤਾਂ ਨਹੀਂ ਮਾਰੂਗੀ ਵੀ ਮੈਂ ਇੰਨਾ ਦਾਜ ਲੈ ਕੇ ਆਈ ਹਾਂ, ਬਲਕਿ ਤੇਰੀ ਲੱਤ ਸੁੱਕੇ ਦੇ ਬਹੁਤ ਉੱਤੇ ਰਹੂਗੀ। ਮੇਰਾ ਕਿੱਥੋਂ ਮੁਕਾਬਲਾ ਕਰ ਲੂਗੀ ਉਹ? ਮੇਰੇ ਘਰੋਂ ਤਾਂ ਟਰੱਕ ਭਰ ਕੇ ਦਾਜ ਦਾ ਆਇਆ ਸੀਗਾ, ਨਾਲੇ ਮਿਲਣੀ 'ਚ ਦੇਖਿਆ ਸੀ ਕੋਈ ਵੀ ਮਿਲਣੀ ਬਿਨਾਂ ਸ਼ਾਂਪਾ ਤੋਂ ਨਹੀਂ ਹੋਈ। ਉਹ ਚੱਲ ਆਹ ਗੱਲਾਂ ਛੱਡ, ਮੈਨੂੰ ਇਹ ਦੱਸ ਤੂੰ ਬੇਬੇ ਬਾਪੂ ਨਾਲ ਗੱਲ ਕਰੀ ਸੀ ਵੀ ਕਿੱਦੇ ਕੱਪੜਾ ਲੈਣ ਜਾਣਾ? ਗੱਲ ਕੀ ਕਰਨੀ ਸੀ ਜੀ, ਮੈਂ ਤਾਂ ਸਿੱਧੇ ਹੀ ਕਹਿਤਾ ਬਾਪੂ ਹੋਰਾਂ ਨੂੰ ਵੀ ਸਾਡਾ ਹੱਥ ਤਾਂ ਟੈਟ ਚੱਲਦਾ, ਤੁਸੀਂ ਐਂ ਕਰਿਓ ਸਾਰੇ ਕਬੀਲਦਾਰ ਤਾਂ ਤੁਹਾਡੇ ਹੱਥ 'ਚ ਆ, ਤਾਂ ਸਾਰਾ ਖਰਚਾ ਵੀ ਨਾ ਤੁਸੀਂ ਹੀ ਕਰੋਗੇ, ਸਾਡੇ ਹੱਥ ਤਾਂ ਖੜੇ ਨੇ। ਉਹ ਚੱਲ ਆਹ ਤਾਂ ਤੂੰ ਵਧੀਆ ਕੀਤਾ ਜਿਹੜੀ ਉਹਨਾਂ ਨੂੰ ਸੁਣਾਈ ਕਰਤੀ, ਹੁਣ ਮੇਰੀ ਗੱਲ ਸੁਣ ਲਾ ਧਿਆਨ ਨਾਲ, ਜਿੱਦੇ ਬੇਬੇ ਬਾਪੂ ਕੱਪੜਾ ਲੈਣ ਜਾਣਗੇ ਨਾ ਤੂੰ ਵੀ ਨਾਲ ਵਗ ਜੀ, ਅਤੇ ਰਹੀ ਗੱਲ ਸੂਟਾਂ ਦੀ ਮਹਿੰਗੇ ਸੂਟਾਂ ਦੇ ਰੱਖੀ ਕਿਤੇ ਵੀ ਸਸਤਾ ਖਰੀਦ ਕੇ ਬਹਿ ਜੇ ਨਾ। ਮੇਰੇ ਮੂੰਹ 'ਤੇ ਕੀ ਬੇਵਕੂਫ ਲਿਖਿਆ ਨਾ, ਮੈਂ ਕਿਉਂ ਸਸਤੇ ਸੂਟ ਲਊਂਗੀ, ਮੈਂ ਤਾਂ ਚੜ੍ਹਦੇ ਤਾਂ ਚੜ੍ਹਦਾ ਸੂਟ ਲਊਂਗੀ, ਬੇਸ਼ੱਕ ਬਾਪੂ ਨੇ ਜਿੰਨੀ ਮਰਜ਼ੀ ਚੂੰ ਚੂੰ ਕਰੀ ਜਾਣ, ਮੈਂ ਨਹੀਂ ਸਸਤਾ ਸੁਸਤਾ ਸੂਟ ਲੈਣਾ, ਮੈਂ ਤਾਂ ਚੱਕਾਂ ਵਾਲਾ ਸੂਟ ਲਊਂਗੀ। ਨਾਲੇ ਮੇਰੀ ਗੱਲ ਤੁਸੀਂ ਵੀ ਸੁਣ ਲਓ, ਤੁਸੀਂ ਵੀ ਨਾ ਵਧੀਆ ਜਿਹਾ ਪੈਂਟ ਕੋਟ ਲੈ ਲਿਓ, ਨਹੀਂ ਫਿਰ ਵਧੀਆ ਜਿਹੀ ਪੈਂਟ ਕਮੀਜ਼ ਲੈ ਲਿਓ, ਖਰਚਾ ਤਾਂ ਬਾਪੂ ਹੋਰਾਂ ਨੇ ਕਰਨਾ। ਬਸ ਠੀਕ ਆ, ਆ ਸੁੱਖੇ ਦੇ ਚੁੰਨੀ ਚੜਾਵੇ 'ਤੇ ਤਾਂ ਆਪਣੀ ਦੋਹਾਂ ਦੀ ਟੌਰ ਹੋਊਗੀ, ਬਾਕੀ ਤਾਂ ਸਭ ਆਪਣੇ ਨਾਲ ਥੱਲੇ ਹੋਣਗੇ। ਨਾਲੇ ਇੱਕ ਗੱਲ ਹੋਰ, ਆ ਬੇਬੇ ਬਾਪੂ ਨੇ ਕੋਈ ਰਿਸ਼ਤੇਦਾਰ ਨਹੀਂ ਸੱਦਿਆ? ਲੈ ਸੱਦਣਗੇ ਰਿਸ਼ਤੇਦਾਰਾਂ ਨੂੰ ਤਾਂ, ਬਈ ਜਿਨ੍ਹਾਂ ਤੋਂ ਖਾਧਾ ਹੋਇਆ ਉਹਨਾਂ ਨੂੰ ਖਵਾਉਣਾ ਤਾਂ ਪੈਣਾ ਹੀ ਆ, ਨਹੀਂ ਲੋਕ ਤਾਂ ਗੱਲਾਂ ਕਰਨਗੇ ਵੀ ਖਾਣ ਲੱਗੇ ਤਾਂ ਸਭ ਤੋਂ ਅੱਗੇ ਸੀ ਅਤੇ ਖਵਾਉਣ ਲੱਗੇ ਮੂੰਹ ਦੇ ਝੱਗ ਵਾਂਗੂ ਥੱਲੇ ਬਹਿ ਗਏ। ਉਹ ਚਲੋ ਆਪਾਂ ਕੀ ਲੈਣਾ, ਜੇ ਜਿਹਨੂੰ ਬੁਲਾਉਣਾ ਹੋ ਬੁਲਾ ਲੈਣਗੇ, ਨਹੀਂ ਬੁਲਾਉਣਾ ਹੋ ਨਾ ਸਹੀ। ਨਾਲੇ ਮੇਰੀ ਗੱਲ ਸੁਣੋ, ਆਪਣੀ ਰੋਟੀ ਪਾ ਲਿਆ ਆਪਾਂ ਬਹਿ ਕੇ ਖਾਈਏ ਰੋਟੀ, ਅਤੇ ਨਾਲੇ ਜਿਹੜਾ ਬੇਬੇ ਨੇ ਫਰਿੱਜ 'ਚ ਘਿਓ ਜੋੜ ਕੇ ਰੱਖਿਆ ਨਾ
ਪਾ ਲਿਆ ਕਰ ਦੋ ਚਮਚੇ ਦਾਲ ਚ, ਬੇਬੇ ਨੇ ਕਿਹੜਾ ਨਾਲ ਲੈ ਕੇ ਜਾਣਾ ਗਾ। ਤੁਸੀਂ ਵੀ ਨਾ ਜੇ ਸੁਣ ਲਿਆ ਨਾ, ਦੇਖਿਓ ਫਿਰ ਕਿਵੇਂ ਮਗਰ ਪੈਣਗੇ ਤੁਹਾਡੇ। ਉਹ ਕੁਛ ਨੀ ਕਹਿੰਦੇ, ਚੁੱਪ ਕਰਕੇ ਦੋ ਚਮਚੇ ਪਾ ਲਿਆ ਲਿਆਉਂਦੀ ਆ। ਕੀ ਦੇਖੀ ਜਾਂਦਾ ਮੇਰਾ ਪੁੱਤ? ਕੁਛ ਨੀ ਬਾਪੂ, ਮੈਂ ਆਪਣੀ ਤੇ ਮਾਂ ਦੀ ਫੋਟੋ ਦੇਖੀ ਜਾਂਦੀ ਸੀ ਬੈਠ ਕੇ। ਬਾਪੂ ਇੱਕ ਗੱਲ ਤਾਂ ਸੱਚੀ ਆ, ਜਿਹੜੇ ਇੱਕ ਵਾਰੀ ਇਸ ਦੁਨੀਆਂ ਤੋਂ ਤੁਰ ਜਾਣਾ ਮੁੜ ਕੇ ਕਦੇ ਵਾਪਸ ਨਹੀਂ ਆਉਂਦੇ, ਉਹਨਾਂ ਦੀਆਂ ਬਸ ਯਾਦਾਂ ਹੀ ਰਹਿ ਜਾਂਦੀਆਂ ਨੇ। ਉਹ ਪੁੱਤ ਕਿਉਂ ਬੀਤਿਆ ਵੇਲਾ ਯਾਦ ਕਰੀਏ? ਇਹ ਤਾਂ ਜਿੰਨਾ ਯਾਦ ਕਰੇਗੀ ਓਨੀ ਦੁੱਖ ਦੇਊਗਾ।